ਦੋਸਤੋ ਹਾਜ਼ਰ ਹੈ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਤੇਸ਼ ਲਖੀ ਅਨਪਲਗ ਦੀ ਅੱਜ ਦੀਸ ਵੀਡੀਓ ਰਿਪੋਰਟ ਵਿੱਚ ਮੈਂ ਗੱਲ ਕਰਾਂਗਾ ਪੰਜਾਬ ਦੇ ਵਿੱਚ ਖੜਕੂਆਦ ਦੇ ਦੌਰ ਦੇ ਵਿੱਚ ਪੁਲਿਸ ਦੇ ਪੱਖੋਂ ਇੱਕ ਬਹੁਤ ਹੀ ਨਿਰਣਾਇਕ ਲੜਾਈ ਦੇ ਵਿੱਚ ਸਭ ਤੋਂ ਅਹਿਮ ਯੋਗਦਾਨ ਪਾਣ ਵਾਲੇ ਇੱਕ ਅਜਿਹੇ ਵਰਗ ਬਾਰੇ ਜਿਨ੍ਹਾਂ ਨੂੰ ਕਿ ਅਸੀਂ ਕੈਟਸ ਦੇ ਨਾਂ ਨਾਲੋਂ ਜਾਣਦੇ ਹਾਂ ਕੈਟ ਜਿਸ ਨੂੰ ਕਿ ਮੋਟੇ ਤੌਰ ਤੇ ਪੁਲਿਸ ਦੇ ਟਾਊਟ ਕਿਹਾ ਜਾ ਸਕਦਾ ਹੈ ਜਾਂ ਪੁਲਿਸ ਦੇ ਉਹ ਮੁਖਬਰ ਜੋ ਕਿ ਖੜਕੂਆ ਦੇ ਰੈਂਕ ਐਂਡ ਫਾਈਲ ਤੇ ਉਹਨਾਂ ਦੀ 13 ਜੱਥੇਬੰਦੀਆਂ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਵਾਰਦਾਤਾਂ ਨੂੰ ਅੰਜਾਮ ਵੀ ਦਿੰਦੇ ਸਨ ਤੇ ਜਦੋਂ ਸਮਾ ਆਂਦਾ ਸੀ ਤਾਂ ਉਸ ਵਕਤ ਮੁਖਬਰੀ ਕਰਕੇ ਸੂਚਨਾਵਾਂ ਨੂੰ ਪੁਲਿਸ ਨੂੰ ਦੇ ਕੇ ਜਾਂ ਤਾਂ ਅਜਿਹੇ ਮੁਕਾਬਲੇ ਕਰਾ ਦਿੰਦੇ ਸਨ ਜਾਂ ਫਿਰ ਖੁਦ ਅਜਿਹੇ ਮੁਕਾਬਲਿਆਂ ਦੇ ਵਿੱਚ ਖੜਕਵਾਂ ਨੂੰ ਮਾਰਨ ਦੇ ਵਿੱਚ ਮੋਹਰੀ ਰਹਿੰਦੇ ਸਨ ਇਹਨਾਂ ਲੋਕਾਂ ਨੂੰ ਕੈਟਸ ਕਿਹਾ ਜਾਂਦਾ ਸੀ ਲੇਕਿਨ ਅੱਜ ਦੀ ਰਿਪੋਰਟ ਦੇ ਵਿੱਚ ਮੈਂ ਇੱਕ ਅਜਿਹੀ ਜਥੇਬੰਦੀ ਬਾਰੇ ਰਿਪੋਰਟ ਲੈ ਕੇ ਆਇਆ ਹਾਂ ਤੇ ਇੱਕ ਅਜਿਹੇ ਕਿਰਦਾਰ ਬਾਰੇ ਤੁਹਾਡੇ ਸਾਹਮਣੇ ਕੁਝ ਜਾਣਕਾਰੀ ਲੈ ਕੇ ਆਇਆ ਹਾਂ ਜਿਸ ਨੂੰ ਕਿ ਮੈਂ ਆਪਣੀ ਦੂਸਰੀ ਸੀਰੀਜ਼ ਜਾਂ ਦੂਸਰੀ ਸੀਰੀਜ਼ ਦੇ ਦੂਸਰੇ ਪਾਰਟ ਦੇ ਵਿੱਚ ਕੰਟੀਨਿਊ ਰੱਖਾਂਗਾ ਜਿਸ ਨੇ ਬਹੁਤ ਹੀ ਅਹਿਮ ਇੱਕ ਲੜਾਈ ਲੜੀ ਮੈਂ ਅੱਜ ਗੱਲ ਕਰਾਂਗਾ ਇੰਡੀਅਨ ਲਾਇਨਸ ਨਾਰੀ ਇੱਕ ਜੱਥੇਬੰਦੀ ਜੋ ਕਿ 1990 ਤੋਂ ਬਾਅਦ ਹੋਂਦ ਵਿੱਚ ਆਈ 1990 ਤੋਂ 1995 ਦੇ ਦੌਰਾਨ ਜਿਹੜੀ ਲੜਾਈ ਖਾਲਕੋਵਰ ਦੇ ਖਿਲਾਫ ਲੜੀ ਗਈ ਜੋ ਕਿ ਬਹੁਤ ਹੀ ਸਿੱਟਾਮੁਖੀ ਲੜਾਈ ਸਮਝੀ ਜਾ ਸਕਦੀ ਹੈ ਉਸ ਦੇ ਵਿੱਚ ਇੰਡੀਅਨ ਲਾਇਨਸ ਦਾ ਇੱਕ ਬਹੁਤ ਅਹਿਮ ਯੋਗਦਾਨ ਸੀ ਤੇ ਇਹ ਜੱਥੇਬੰਦੀ ਦੁਆਬੇ ਤੇ ਮਾਝੇ ਦੇ ਇਲਾਕੇ ਖਾਸ ਕਰਕੇ ਕਪੂਰਥਲਾ ਜਲੰਧਰ ਦੇ ਇਲਾਕੇ ਵਿੱਚ ਕਾਫੀ ਜ਼ਿਆਦਾ ਐਕਟਿਵ ਰਹੀ ਇਸ ਜੱਥੇਬੰਦੀ ਦਾ ਮੁਖੀ ਸੀ ਚੰਨਲ ਦਇਾਲ ਸਿੰਘ ਚੰਨਲ ਦਇਾਲ ਸਿੰਘ ਦਾ ਪਹਿਲਾ ਨਾਂ ਸੀ ਸੁਖਮਿੰਦਰ ਸਿੰਘ ਕਾਕਾ ਜੋ ਕਿ ਖਾਲਸਤਾਨ ਕਮਾਂਡੋ ਫੋਰਸ ਪੰਜਬੜਦਾ ਲੈਫਟ ਇੰਡੀਅਨ ਜਰਨਲ ਉਸ ਵਜੋਂ ਵੀ ਜਾਣਿਆ ਜਾਂਦਾ ਸੀ ਸੁਖਵਿੰਦਰ ਸਿੰਘ ਕਾਕਾ ਦਾ ਜ਼ਿਕਰ ਇੱਕ ਹੋਰ ਰਿਪੋਰਟ ਦੇ ਦਾਰੇ ਦੇ ਵਿੱਚ ਵੀ ਆਇਆ ਸੀ ਜਦੋਂ ਮੈਂ ਗੱਲ ਸੁਰੇਂਦਰ ਸਿੰਘ ਸੋਢੀ ਜੋ ਕਿ ਸੰ ਜਰਨਲ ਸਿੰਘ ਮਨਰਾਵਾਲਾ ਦੇ ਖਾਸਮ ਖਾਸਨ ਉਹਨਾਂ ਦਾ ਕਤਲ ਕਿਵੇਂ ਕੀਤਾ ਜਾਂਦਾ ਹੈ ਸੁਰੇਂਦਰ ਸਿੰਦੇ ਤੇ ਬਲਜੀਤ ਕੌਰ ਵੱਲੋਂ ਉਸ ਰਿਪੋਰਟ ਦੇ ਦਾਰੇ ਦੇ ਵਿੱਚ ਸੁਖਵਿੰਦਰ ਕਾਕੇ ਦਾ ਨਾਂ ਆਇਆ ਸੀ ਲੇਕਿਨ ਮੈਂ ਅੱਜ ਗੱਲ ਕਰਾਂਗਾ ਇੰਡੀਅਨ ਲਾਇਨਸ ਜੋ ਕਿ 1990 ਦੇ ਵਿੱਚ ਹੋਣ ਦੇ ਵਿੱਚ ਆਂਦੀ ਹੈ ਤੇ ਆਉਣ ਵਾਲੇ 4 ਜਾਂ 5 ਸਾਲ ਇਸ ਜਥੇਬੰਦੀ ਨੇ ਪੁਲਿਸ ਦਾ ਸੱਜਾ ਹੱਥ ਬਣ ਕੇ ਕੰਮ ਕਰਨਾ ਹੁੰਦਾ ਹੈ ਅੰਡਰ ਕਵਰ ਕੰਮ ਕਰਨਾ ਹੁੰਦਾ ਤੇ ਇਸ ਨੇ ਖਾੜਕੂ ਜਥੇਬੰਦੀਆਂ ਦੇ ਰੈਂਕ ਦੇ ਵਿੱਚੋਂ ਬਹੁਤ ਸੇ ਖਾੜਕੂਆਂ ਨੂੰ ਫੜਵਾਉਣਾ ਹੁੰਦਾ ਉਹਨਾਂ ਨੂੰ ਗ੍ਰਿਫਤਾਰ ਕਰਵਾਉਣਾ ਹੁੰਦਾ ਉਹਨਾਂ ਨੂੰ ਨਿਊਟਰਲਾਈਜ਼ ਕਰਵਾਉਣਾ ਹੁੰਦਾ ਉਹਨਾਂ ਦੇ ਮੁਕਾਬਲੇ ਕਰਵਾਣੇ ਹੁੰਦੇ ਆ ਜਾਂ ਫਿਰ ਬਥੇਰੇ ਹੋਰ ਅਜਿਹੇ ਖਾੜਕੂ ਜੋ ਕਿ ਹੱਥੇ ਚੜ ਜਾਂਦੇ ਸਨ ਉਹਨਾਂ ਨੂੰ ਆਪਣੇ ਹੀ ਤਰਜ਼ ਉੱਤੇ ਪੁਲਿਸ ਲਈ ਵਰਤਿਆ ਜਾਣਾ ਹੁੰਦਾ ਹੈ ਯਾਨੀ ਕਿ ਉਹਨਾਂ ਦੀ ਮੁਖਬਰੀ ਕਰਕੇ ਖਾੜਕੂਆਂ ਦੇ ਰੈਂਕ ਵਿੱਚ ਸ਼ਾਮਲ ਹੋ ਕੇ ਉਹਨਾਂ ਦੀ ਹੀ ਸੂਚਨਾਵਾਂ ਦੇ ਕੇ ਖੜਕੂ ਜਥੇਬੰਦੀਆਂ ਦਾ ਅੰਦਰੋਂ ਨੁਕਸਾਨ ਕਰਨਾ ਸੋ ਸੁਖਵਿੰਦਰ ਸਿੰਘ ਕਾਕਾ ਇੱਕ ਅਜੇਹਾ ਕਿਰਦਾਰ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਬਹੁਤ ਹੀ ਗਹਿਰਾ ਕਿਰਦਾਰ ਹੈ ਤੇ ਅੱਜ ਵੀ ਜਿਉਂਦਾ ਹੈ ਆਖਰ ਅਜੇਹੇ ਕੀ ਕਾਰਨ ਬਣੇ ਕਿ ਸੁਖਵਿੰਦਰ ਸਿੰਘ ਕਾਕਾ ਜਨਰਲ ਦਇਾਲ ਬਣ ਗਿਆ ਤੇ ਉਸਨੇ ਪੁਲਿਸ ਲਈ ਕੰਮ ਕਰਨਾ ਸ਼ੁਰੂ ਕਰਤਾ ਇਹ ਸਮਝਣ ਵਾਲਾ ਵਿਸ਼ਾ ਹੈ ਤੇ ਸ਼ੁਰੂਆਤ ਦੇ ਵਿੱਚ ਕੀ ਖੜਕੂ ਲਹਿਰ ਦੇ ਵਿੱਚ ਸੁਖਵਿੰਦਰ ਕਾਕਾ ਉਸ شدت ਦੇ ਨਾਲ ਇਨਵੋਲਡ ਸੀ ਜਾਂ ਉਸ ਦੇ ਵਿੱਚ ਸ਼ਾਮਲ ਵੀ ਸੀ ਜਾਂ ਨਹੀਂ ਇਸ ਚੀਜ਼ ਨੂੰ ਸਮਝਣ ਦਾ ਮੌਕਾ ਅੱਜ ਸਾਡੇ ਕੋਲ ਇਸ ਰਿਪੋਰਟ ਵਿੱਚ ਸਾਨੂੰ ਸਭ ਨੂੰ ਮਿਲੇਗਾ ਪੰਜਾਬ ਦੇ ਅਪਰਾਧਿਕ ਜਗਤ ਦੇ ਵਿੱਚ ਸੁਖਵਿੰਦਰ ਕਾਕੇ ਦੀ ਸ਼ੁਰੂਆਤ ਕਈ ਸਾਲ ਪਹਿਲਾਂ 1990 ਵਿੱਚ ਇੰਡੀਅਨ ਲਾਇੰਸ ਨੂੰ ਬਣਾਏ ਜਾਣ ਤੋਂ ਕਈ ਸਾਲ ਪਹਿਲਾਂ ਹੀ ਹੋ ਗਈ ਸੀ ਤਕਰੀਬਨ 1982-83 ਦੇ ਆਉਂਦਿਆਂ-ਆਉਂਦਿਆਂ ਸੁਖਵਿੰਦਰ ਕਾਕਾ ਦਾ ਇੱਕ ਕ੍ਰਿਮੀਨਲ ਰਿਕਾਰਡ ਬਣ ਚੁੱਕਾ ਸੀ ਸੁਖਵਿੰਦਰ ਕਾਕਾ ਸ਼ੁਰੂ ਤੋਂ ਇੱਕ ਕ੍ਰਿਮੀਨਲ ਨਹੀਂ ਸੀ ਕਪੂਰਥਲਾ ਇਲਾਕੇ ਦਾ ਰਹਿਣ ਵਾਲਾ ਸੀ 1978 ਤੋਂ 1982 ਦੇ ਵਿੱਚ ਅਬੂ ਦਾਬੀ ਦੇ ਵਿੱਚ ਬਤੌਰ ਇੱਕ ਵਰਕਰ ਕੰਮ ਕਰਕੇ ਸੁਖਵਿੰਦਰ ਕਾਕਾ 1982 ਵਿੱਚ ਵਾਪਸ ਭਾਰਤ ਤੇ ਪੰਜਾਬ ਪਰਤਿਆ ਜਿਸ ਤੋਂ ਬਾਅਦ ਕਿ 1983 ਦੇ ਵਿੱਚ ਇਸ ਦੇ ਨਾਲ ਕੁਝ ਅਜੇਹੀਆਂ ਘਟਨਾਵਾਂ ਘਟੀਆਂ ਜਿਸ ਨੇ ਇਸ ਦੀ ਜ਼ਿੰਦਗੀ ਦਾ ਜਿਹੜਾ ਕੋਰਸ ਆਫ ਲਾਈਫ ਸੀ ਉਸ ਨੂੰ ਬਦਲ ਕੇ ਰੱਖਤਾ ਯਾਨੀ ਕਿ ਰੁਖ ਮੋੜ ਕੇ ਰੱਖਤਾ ਸੀ ਸੁਖਵਿੰਦਰ ਕਾਕਾ ਬੇਸਿਕਲੀ ਕਿ ਸਿੱਧੇ ਸਾਡੇ ਸਧਾਰਨ ਪਰਿਵਾਰ ਦਾ ਸੀ ਲੇਕਿਨ ਉਸ ਦੀ ਜਾਣ ਪਛਾਣ ਯਾਰੀ ਦੋਸਤੀ ਅਜੀਤ ਸਿੰਘ ਜੀਤਾ ਅਤੇ ਉਸ ਦੇ ਭਰਾਵਾਂ ਦੇ ਨਾਲ ਸੀ ਅਜੀਤ ਸਿੰਘ ਜੀਤਾ ਮਨਜੀਤ ਸਿੰਘ ਜੀਤਾ ਅਤੇ ਉਸ ਦੇ ਦੋ ਭਰਾ ਜਸਵੀਰ ਸਿੰਘ ਪੁੱਟੋ ਅਤੇ ਬਲਵੰਤ ਸਿੰਘ ਇਹਨਾਂ ਦਾ ਕੰਮਕਾਰ ਸੀ ਇਹ ਵੀ ਹੁਸ਼ਿਆਰਪੁਰ ਤੇ ਕਪੂਰਥਲੇ ਦੇ ਇਲਾਕੇ ਵਿੱਚ ਹੀ ਐਕਟਿਵ ਸਨ ਛੋਟੇ-ਮੋਟੇ ਇਹਨਾਂ ਦੇ ਕੰਮ ਸੀ ਬੂਟ ਲੈਗਿੰਗ ਸ਼ਰਾਬ ਦੀ ਤਸਕਰੀ ਤੇ ਇੱਕ ਪਬ ਜਿਹੜਾ ਸੀ ਇਹਨਾਂ ਕੋਲ ਉਸ ਇਲਾਕੇ ਦੇ ਵਿੱਚ ਸੀ ਲੇਕਿਨ ਉੱਥੋਂ ਦਾ ਇੱਕ ਸਥਾਨਕ ਇੰਸਪੈਕਟਰ ਜਰਨੈਲ ਸਿੰਘ ਬਰਾੜ ਉਸ ਦਾ ਇੱਕ ਪੇਚਾ ਕਹਿ ਲਈਏ ਵੀ ਇਸ ਪਰਿਵਾਰ ਦੇ ਨਾਲ ਪੈ ਗਿਆ ਜਿਸ ਦੇ ਚੱਲਦੇ ਆ ਅਜੀਤ ਸਿੰਘ ਜੀਤਾ ਜੋ ਕਿ ਛੋਟੇ-ਮੋਟੇ ਪਦਰਤਾਂ ਸਮਗਲਿੰਗ ਦੀਆਂ ਵਾਰਦਾਤਾਂ ਵਿੱਚ ਜ਼ਿਆਦਾ ਇਨਵੋਲ ਰਹਿੰਦਾ ਸੀ ਉਸ ਨੂੰ ਇੱਕ ਦਿਨ ਜਰਨੈਲ ਸਿੰਘ ਬਰਾੜ ਵੱਲੋਂ ਕਾਫੀ ਮਾਰਿਆ ਕੁੱਟਿਆ ਗਿਆ ਤੇ ਬਾਅਦ ਦੇ ਵਿੱਚ ਉਸ ਦਾ ਇੱਕ ਨਾਕੇ ਤੇ ਐਨਕਾਊਂਟਰ ਦਿਖਾਤਾ ਗਿਆ ਜਰਨੈਲ ਸਿੰਘ ਬਰਾੜ ਇੱਕ ਕਾਫੀ ਜਿਸ ਨੂੰ ਕਹਿੰਦੇ ਆ ਵੀ ਬੇਦਰਦ ਅਫਸਰਾਂ ਜੋ ਕਿ ਪੰਜਾਬ ਦੇ ਵਿੱਚ ਹੋਰ ਵੀ ਬਥੇਰੇ ਪੁਲਿਸ ਦੇ ਬੇਦਰਦ ਅਫਸਰ ਰਹੇ ਨੇ ਉਹਨਾਂ ਵਿੱਚੋਂ ਇੱਕ ਸੀ ਤੇ ਇਸ ਪੂਰੇ ਦੇ ਪੂਰੇ ਮੁਕਾਬਲੇ ਦੇ ਵਿੱਚ ਜਿਹੜਾ ਅਜੀਤ ਸਿੰਘ ਜੀਤਾ ਸੀ ਉਸ ਨੂੰ ਮਰਿਆ ਹੋਇਆ ਦਿਖਾਤਾ ਗਿਆ ਇਸ ਤੋਂ ਬਾਅਦ ਉਸ ਦੇ ਹੀ ਪਰਿਵਾਰ ਦੇ ਉਸ ਦੇ ਭਰਾ ਮਨਜੀਤ ਸਿੰਘ ਜੀਤੇ ਨੂੰ ਵੀ ਚੱਕ ਲਿਆ ਗਿਆ ਮਨਜੀਤ ਸਿੰਘ ਜੀਤੇ ਦੇ ਨਾਲ ਪੁਲਿਸ ਕਸਟਡੀ ਦੇ ਵਿੱਚ ਕਾਫੀ ਜ਼ਿਆਦਾ ਤਸ਼ੱਦਦ ਹੋਈ ਉਸ ਨੂੰ ਕਾਫੀ ਟਾਰਚਰ ਕੀਤਾ ਗਿਆ ਤੇ ਉਸ ਦੀ ਟੰਗ ਤੋੜ ਦਿੱਤੀ ਗਈ ਜਿਸ ਤੋਂ ਬਾਅਦ ਮਨਜੀਤ ਸਿੰਘ ਹਸਪਤਾਲ ਵਿੱਚ ਪਹੁੰਚਦਾ ਕਿਉਂਕਿ ਸੁਖਵਿੰਦਰ ਕਾਕੇ ਦੀ ਜਾਨ ਪਛਾਣ ਇਸ ਪਰਿਵਾਰ ਨਾਲ ਸੀ ਤੇ ਉਸ ਪਰਿਵਾਰ ਦੇ ਹੋਰ ਦੋ ਲੋਕ ਜਿਹੜੇ ਕਿ ਜਸਵੀਰ ਸਿੰਘ ਪੁੱਟੋ ਅਤੇ ਬਲਵੰਤ ਸਿੰਘ ਉਹ ਪੁਲਿਸ ਦੇ ਡਰ ਦੇ ਮਾਰੇ ਆ ਜਰਨੈਲ ਸਿੰਘ ਦੇ ਡਰ ਦੇ ਮਾਰੇ ਅੰਡਰਗਰਾਉਂਡ ਹੋ ਜਾਂਦੇ ਨੇ ਤੇ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਗੁਰੂ ਰਾਮ ਦਾਸ ਸਰਾ ਦੇ ਵਿੱਚ ਆ ਕੇ ਪਨਾਹ ਲੈ ਲੈਂਦੇ ਨੇ ਇਸ ਚੀਜ਼ ਦੀ ਜਾਣਕਾਰੀ ਨਾ ਤਾਂ ਮਨਜੀਤ ਸਿੰਘ ਨੂੰ ਹੁੰਦੀ ਹੈ ਤੇ ਨਾ ਹੀ ਸੁਖਵਿੰਦਰ ਕਾਕੇ ਨੂੰ ਲੇਕਿਨ ਜਦੋਂ ਮਨਜੀਤ ਸਿੰਘ ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹੁੰਦਾ ਉਸ ਦਾ ਹਾਲਚਲ ਪੁੱਛਣ ਲਈ ਜਾਂ ਉਸ ਦੀ ਸਾਂਭ ਸੰਭਾਲ ਲਈ ਸੁਖਵਿੰਦਰ ਕਾਕਾ ਹਸਪਤਾਲ ਜਾ ਰਿਹਾ ਹੁੰਦਾ ਉਸ ਵਕਤ ਜਰਨੈਲ ਸਿੰਘ ਬਰਾਡ ਇੰਸਪੈਕਟਰ ਵੱਲੋਂ ਸੁਖਵਿੰਦਰ ਕਾਕੇ ਨੂੰ ਵੀ ਚੁੱਕ ਲਿਆ ਜਾਂਦਾ ਤੇ ਉਸ ਦੇ ਨਾਲ ਵੀ ਕਈ ਹਫ਼ਤੇ ਤੱਕ ਕਾਫੀ ਕੁਟਮਾਰ ਕੀਤੀ ਜਾਂਦੀ ਹੈ ਉਸ ਨੂੰ ਟੌਰਚਰ ਕੀਤਾ ਜਾਂਦਾ ਹੈ ਇਸ ਕਸਟੋਰੀਅਲ ਟੌਰਚਰ ਦਾ ਕਾਰਨ ਇਹ ਹੁੰਦਾ ਹੈ ਕਿ ਜਸਵੀਰ ਸਿੰਘ ਪੁੱਟੋ ਤੇ ਬਲਵੰਤ ਸਿੰਘ ਬਾਰੇ ਜਾਣਕਾਰੀ ਜਿਹੜੀ ਹੈ ਉਹ ਪੁਲਿਸ ਨੂੰ ਚਾਹੀਦੀ ਹੁੰਦੀ ਹੈ ਲੇਕਿਨ ਨਾ ਤਾਂ ਉਹ ਮਨਜੀਤ ਕੋਲ ਹੁੰਦੀ ਹੈ ਤੇ ਨਾ ਹੀ ਕਾਕੇ ਕੋਲ ਇਸ ਦੇ ਚੱਲਦੇ ਆ ਕਾਫੀ ਤਸ਼ੱਦਦ ਤੋਂ ਬਾਅਦ ਜਦੋਂ ਸਥਾਨਕ ਲੋਕਾਂ ਯਾਨੀ ਕਿ ਕਪੂਰਥਲਾ ਦੇ ਕੁਝ ਹਿੰਦੂ ਲੀਡਰਾਂ ਜਾਂ ਜਿਹੜੀ ਹਿੰਦੂ ਜਥੇਬੰਦੀਆਂ ਦੇ ਲੀਡਰਾਂ ਦੀ ਵਿਚਾਲਗੀ ਦੇ ਕਾਰਨ ਸੁਖਵਿੰਦਰ ਕਾਕੇ ਨੂੰ ਇੱਥੋਂ ਛੱਡਿਆ ਜਾਂਦਾ ਹੈ ਉਹ ਪੁਲਿਸ ਦੀ ਹਿਰਾਸਤ ਵਿੱਚੋਂ ਨਿਕਲਦਾ ਹੈ ਉਸ ਤੋਂ ਬਾਅਦ ਕੁਝ ਹੀ ਦਿਨਾਂ ਦੇ ਵਿੱਚ ਸੁਖਵਿੰਦਰ ਕਾਕਾ ਵੀ ਅੰ ਬਾਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਗੁਰੂ ਰਾਮਦਾਸ ਰਾਏ ਦੇ ਵਿੱਚ ਇਹ ਪੂਰਾ ਦਾ ਪੂਰਾ ਪਰਿਵਾਰ ਰੁਕਿਆ ਹੋਇਆ ਹੈ ਹੁਣ ਤੱਕ ਮਨਜੀਤ ਸਿੰਘ ਅਤੇ ਸੁਖਵਿੰਦਰ ਕਾਕਾ ਵੀ ਜਸਵੀਰ ਪੁੱਟੋ ਅਤੇ ਬਲਵੰਤ ਸਿੰਘ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਾ ਕੇ ਮਿਲਦੇ ਨੇ ਤੇ ਉੱਥੇ ਗੁਰੂ ਰਾਮਦਾਸ ਸਰਾਵਾਂ ਜਿਹੜੀਆਂ ਹੁੰਦੀਆਂ ਨੇ ਉਹਦੇ 195 ਤੋਂ ਲੈ ਕੇ 200 ਨੰਬਰ ਕਮਰੇ ਤੱਕ ਇਹ ਸਾਰੇ ਲੋਕ ਰਹਿ ਰਹੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਪਰਿਵਾਰਾਂ ਦੇ ਕੁਝ ਹੋਰ ਮੈਂਬਰ ਮਹਿਲਾਵਾਂ ਪਿਤਾ ਜਾਂ ਬਜ਼ੁਰਗ ਵੀ ਹੁੰਦੇ ਨੇ ਸੋ ਉਹ ਐਸਾ ਦੌਰ ਸੀ ਜਦੋਂ ਕਿ ਪੰਜਾਬ ਦੇ ਵਿੱਚ ਪੁਲਿਸ ਦੀਆਂ ਵਧੀਆਂ ਦੇ ਖਿਲਾਫ ਜੇ ਕੋਈ ਵੀ ਸ਼ਖਸ ਆਵਾਜ਼ ਚੁੱਕਦਾ ਸੀ ਜਾਂ ਫਿਰ ਪੁਲਿਸ ਨਾਲ ਮੱਥਾ ਲਾਉਂਦਾ ਸੀ ਤਾਂ ਉਸ ਦੇ ਖਿਲਾਫ ਤਸ਼ੱਦਦ ਹੁੰਦੀ ਸੀ ਉਸ ਤੋਂ ਬਾਅਦ ਇੱਕ ਖੁੱਲਾ ਸੱਦਾ ਸੰਜਨੈਲ ਸਿੰਘ ਪਿੰਰਾਂ ਵਾਲੇ ਅਤੇ ਉਹਨਾਂ ਦੇ ਸਮਰਥਕਾਂ ਦੰਦਮੀ ਟਕਸਾਲ ਜਾਂ ਫਿਰ ਫੈਡਰੇਸ਼ਨ ਵੱਲੋਂ ਸੀ ਕਿ ਪੰਜਾਬ ਦੇ ਵਿੱਚ ਪੁਲਿਸ ਵਧਿੱਕੀ ਦਾ ਸ਼ਿਕਾਰ ਕੋਈ ਵੀ ਸ਼ਖਸ ਕਦੇ ਵੀ ਆ ਕੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸ਼ਰਨ ਲੈ ਸਕਦਾ ਹੈ ਸੋ ਇਸੇ ਤਹਿਤ ਇਹ ਸਾਰੇ ਲੋਕ ਵੀ ਦਰਬਾਰ ਸਾਹਿਬ ਕੰਪਲੈਕਸ ਪਹੁੰਚ ਜਾਂਦੇ ਨੇ ਹੁਣ ਮੋٹے ਤੌਰ ਤੇ ਇਹ ਲੋਕਾਂ ਦਾ ਕੋਈ ਵਿਚਾਰ ਧਾਰਕ ਪੱਧਰ ਤੇ ਲਹਿਰ ਦੇ ਨਾਲ ਮੂਵਮੈਂਟ ਦੇ ਨਾਲ ਪੰਜਾਬ ਦੇ ਹਿੱਤਾਂ ਸਰਕਾਰਾਂ ਜਾਂ ਉਸ ਲੜਾਈ ਜੋ ਕਿ ਅਨੰਦਪੁਰ ਸਾਹਿਬ ਮਤੇ ਰੈਜ਼ੋਲੂ ਚੁਰੂਹੀ ਹੁੰਦੀ ਹੈ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਅਖਤਿਆਰਾਂ ਦੀ ਜਿਹੜੀ ਲੜਾਈ ਹੁੰਦੀ ਹੈ ਉਸ ਦੇ ਨਾਲ ਇਹ ਸਭ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੁੰਦਾ ਇਹ ਲੋਕ ਆਪਣੀ ਜਾਨ ਬਚਾਣ ਦੇ ਖਾਤਰ ਪੁਲਿਸ ਤੋਂ ਡਰਦੇ ਮਾਰੇ ਜਰਨੈਲ ਸਿੰਘ ਬਰਾੜ ਦੀ ਤਸ਼ੱਦਦ ਤੋਂ ਡਰਦੇ ਮਾਰੇ ਇੱਥੇ ਆਏ ਹੁੰਦੇ ਨੇ ਲੇਕਿਨ ਕ੍ਰਿਮੀਨਲ ਬੈਕਗ੍ਰਾਉਂਡ ਇਹ ਸਭ ਦਾ ਹੁੰਦਾ ਹੈ ਸੁਖਵਿੰਦਰ ਕਾਕਾ ਵੀ ਇਸ ਵਕਤ ਹੀ ਕੁਝ ਅਜਿਹੇ ਲੋਕਾਂ ਨੇ ਸੰਪਰਕ ਵਿਚ ਆਂਦਾ ਹੈ ਇਸ ਪਰਿਵਾਰ ਦੇ ਨਾਲ ਜਿਸ ਵਿੱਚ ਕੁਲਦੀਪ ਸਿੰਘ ਕੋਲਾ ਸਰਪੰਚ ਮੁਖ ਹੁੰਦਾ ਹੈ ਕੁਲਦੀਪ ਸਿੰਘ ਕੋਲਾ ਸਰਪੰਚ ਦਾ ਇੱਕ ਅਹਿਮ ਟੀਚਾ ਹੁੰਦਾ ਉਸਨੇ ਹਰਦੀਾਲ ਸਿੰਘ ਜੋ ਕਿ ਗੁਰਾਇਆ ਇਲਾਕੇ ਦਾ ਇੱਕ ਕਾਂਗਰਸੀ ਆਗੂ ਹੁੰਦਾ ਹੈ ਬੋਲਬਾਣੀ ਦਾ ਕਾਫੀ ਮਾੜਾ ਹੁੰਦਾ ਤੇ ਉਸ ਵੱਲੋਂ ਨਾਰਦਰਨ ਕੈਰੀਅਰ ਜਿਹੜਾ ਟਰਾਂਸਪੋਰਟ ਹੈ ਉਸਦੇ ਮਾਲਕ ਬਲਦੇਵ ਸਿੰਘ ਦੇ ਨਾਲ ਕਾਫੀ ਜ਼ਿਆਦਾ ਦੁਸ਼ਮਣੀ ਜਿਹੜੀ ਹੈ ਉਹ ਚੱਲ ਰਹੀ ਹੁੰਦੀ ਹੈ ਇਸ ਦੇ ਚੱਲਦਿਆ ਹਰਦੀਾਲ ਸਿੰਘ ਨੂੰ ਮਾਰਨ ਦਾ ਇੱਕ ਕੰਟਰੈਕਟ ਕਿਸਮ ਦਾ ਹੁੰਦਾ ਕੁਲਦੀਪ ਸਿੰਘ ਕੋਲੇ ਸਰਪੰਚ ਕੋਲ ਹੁੰਦਾ ਇਸ ਦੌਰਾਨ ਇਹ ਸਾਰੇ ਦੇ ਸਾਰੇ ਲੋਕ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸ਼ਰਨ ਲੈ ਕੇ ਰਹਿ ਰਹੇ ਹੁੰਦੇ ਨੇ ਉੱਥੇ ਸਰਾਂ ਦੇ ਵਿੱਚ ਰਹਿ ਰਹੇ ਹੁੰਦੇ ਨੇ ਇਸੇ ਦੌਰਾਨ ਸੁਖਵਿੰਦਰ ਕਾਕੇ ਦੀ ਜਿਹੜੀ ਸ਼ੁਰੂਆਤ ਹੈ ਉਹ ਅਪਰਾਧ ਜਗਤ ਦੇ ਵਿੱਚ ਛੋਟੀਆਂ-ਛੋਟੀਆਂ ਵਾਰਦਾਤਾਂ ਤੋਂ ਸ਼ੁਰੂ ਹੁੰਦੀ ਹੈ ਜਿਸ ਦੌਰਾਨ ਕਈ ਥਾਵਾਂ ਤੇ ਉੱਤੇ ਜ਼ਮੀਨਾਂ ਉੱਤੇ ਕਬਜ਼ੇ ਲੈਣਾ ਹਥਿਆਰਬੰਦ ਲੋਕਾਂ ਨੂੰ ਭੇਜ ਕੇ ਲੋਕਾਂ ਦੀ ਜ਼ਮੀਨਾਂ ਕਬਜ਼ਾਉਣਾ ਇਸ ਤਰੀਕੇ ਦੇ ਕੰਮ ਸ਼ੁਰੂ ਹੁੰਦੇ ਨੇ ਤੇ ਅਖੀਰ ਦੇ ਵਿੱਚ ਹਰਦੇয়াল ਸਿੰਘ ਕਾਂਗਰਸੀ ਆਗੂ ਗੁਰਾਇਆ ਉਸ ਦਾ ਮਰਡਰ ਹੋਣਾ ਹੁੰਦਾ ਇਸ ਦੇ ਨਾਲ ਹੀ ਦੋ ਹੋਰ ਅਜਿਹੇ ਮਰਡਰ ਹੁੰਦੇ ਨੇ ਜਿਸ ਵਿੱਚ ਸੁਖਵਿੰਦਰ ਕਾਕਾ ਖੁਦ ਲੇਕਿਨ ਇਸ ਤੋਂ ਪਹਿਲਾਂ ਕੁਝ ਹੋਰ ਘਟਨਾਵਾਂ ਹੁੰਦੀਆਂ ਨੇ ਜਿਸ ਤਹਿਤ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਸੁਰਿੰਦਰ ਸੋਢੀ ਦਾ ਕਤਲ ਹੁੰਦਾ ਹੈ ਸੁਰਿੰਦਰ ਸੋਢੀ ਦਾ ਕਤਲ ਸੁਰਿੰਦਰ ਸਿੰਧਾ ਜਿਸ ਪਿਸਤੌਲ ਦੇ ਨਾਲ 9 ਐਮਐਮ ਦੀ ਨਾਲ ਕਰਦਾ ਹੈ ਉਹ ਪਿਸਤੌਲ ਕੋਲੇ ਸਰਪੰਚ ਨੇ ਕੁਲਦੀਪ ਸਿੰਘ ਕੋਲਾ ਸਰਪੰਚ ਦੇ ਕਹੇ ਤੇ ਹੀ ਸੁਖਵਿੰਦਰ ਕਾਕੇ ਵੱਲੋਂ ਸੁਰਿੰਦਰ ਸਿੰਧੇ ਨੂੰ ਦਿੱਤਾ ਗਿਆ ਹੁੰਦਾ ਹੈ ਤੇ ਇਸ ਪਿਸਤੌਲ ਨੂੰ ਦੇਂਦੇ ਵਕਤ ਇਹ ਪਤਾ ਨਹੀਂ ਹੁੰਦਾ ਵੀ ਇਸ ਦਾ ਇਸਤੇਮਾਲ ਸੁਰਿੰਦਰ ਸਿੰਧਾ ਨੇ ਸੁਰਿੰਦਰ ਸੋਢੀ ਉੱਤੇ ਕਰਨਾ ਹੈ ਸੋ ਇਸ ਤਰੀਕੇ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹੁੰਦੀਆਂ ਨੇ ਇਸ ਦੌਰਾਨ ਬੰਬੇ ਤੋਂ ਇੱਕ ਹੋਰ ਜਸਵੀਰ ਸਿੰਘ ਨਾਂ ਦਾ ਇੱਕ ਸ਼ਖਸ ਆਂਦਾ ਹੈ ਜੋ ਕਿ ਇੱਕ ਤਰੀਕੇ ਦੀ ਚੁਣੌਤੀ ਇਸ ਗਰੁੱਪ ਨੂੰ ਦਿੰਦਾ ਹੈ ਉਹ ਦੱਸਦਾ ਹੈ ਵੀ ਤੁਸੀਂ ਛੋਟੀਆਂ-ਮੋਟੀਆਂ ਲੁੱਟਾਂ-ਖੋਹਾਂ ਕਰ ਦਿਓ ਅਪਰਾਧ ਜਗਤ ਦੇ ਵਿੱਚ ਥੋੜੇ ਜਿਹੜੇ ਜੁੜੀਆਂ ਵਾਰਦਾਤਾਂ ਨੇ ਉਹ ਬਹੁਤ ਛੋਟੇ ਪੱਧਰ ਦੇ ਨੇ ਜੇ ਹਿੰਮਤ ਹੈ ਤਾਂ ਤੁਸੀਂ ਬੰਬੇ ਦੇ ਵਿੱਚ ਜਾ ਕੇ ਡਾਕਾ ਪਾ ਕੇ ਵਿਖਾਓ ਇਸ ਤੋਂ ਬਾਅਦ ਇਸ ਚੈਲੰਜ ਨੂੰ ਲੈਂਦਿਆਂ ਹੋਇਆਂ ਸੁਰਿੰਦਰ ਸਿੰਧਾ ਦੇ ਨਾਲ-ਨਾਲ ਸੁਖਵਿੰਦਰ ਕਾਕੇ ਤੇ ਤਿੰਨਾਂ ਚਾਰ ਲੋਕ ਦਰਬਾਰ ਸਾਹਿਬ ਕੰਪਲੈਕਸ ਤੋਂ ਬੰਬਈ ਜਾਂਦਿਆਂ ਨੇ ਜਿੱਥੇ ਹੀ ਜਾ ਕੇ ਉਹ ਬੰਬੇ ਦੇ ਵਿੱਚ ਪੰਜਾਬੀਆਂ ਵੱਲੋਂ ਪਾਇਆ ਗਿਆ ਪਹਿਲਾ ਜਿਹੜਾ ਡਾਕਾ ਹੈ ਉਸ ਨੂੰ ਅੰਜਾਮ ਦੰਦੇ ਨੇ ਇਸ ਵਿੱਚ ਤਕਰੀਬਨ 1.5 ਤੋਂ 2 ਲੱਖ ਦੀ ਲੁੱਟ ਹੁੰਦੀ ਹੈ ਲੇਕਿਨ ਇੱਕ ਸਿਲਸਲਾ ਹੁੰਦਾ ਜਿਸ ਨੇ ਕਿ ਇਸ ਵਾਰਦਾਤ ਤੋਂ ਸ਼ੁਰੂ ਹੋਣਾ ਹੁੰਦਾ ਹੈ ਉਸ ਤੋਂ ਆਉਣ ਵਾਲੇ ਕਈ ਸਾਲਾਂ ਤੱਕ ਬੰਬੇ ਦੇ ਕਈ ਬੈਂਕਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਗਏ ਖੜਕੂਆਂ ਵੱਲੋਂ ਲਗਾਤਾਰ ਬੈਂਕ ਡਕੈਤੀਆਂ ਕੀਤੀਆਂ ਜਾਂਦੀਆਂ ਰਹੀਆਂ ਉਸ ਤੋਂ ਬਾਅਦ ਅਸੀਂ ਲੁਧਿਆਣਾ ਦੀ ਬੈਂਕ ਡਕੈਤੀ ਦੇ ਉੱਤੇ ਵੀ ਰਿਪੋਰਟ ਬਣਾ ਚੁੱਕੇ ਹਾਂ ਲੇਕਿਨ ਸੁਖਵਿੰਦਰ ਕਾਕਾ ਜੁਰਮ ਦੀ ਦੁਨੀਆ ਦੇ ਵਿੱਚ ਇਸ ਤਰੀਕੇ ਦੀਆਂ ਵਾਰਦਾਤਾਂ ਦੇ ਵਿੱਚ ਆ ਜਾਂਦਾ ਹੈ ਉਸ ਦਾ ਮਕਸਦ ਕੁਝ ਉਸ ਤਰੀਕੇ ਨਾਲ ਜੁਰਮ ਕਰਨਾ ਨਹੀਂ ਹੁੰਦਾ ਅਪਰਾਧ ਦੇ ਨਾਲ ਉਸ ਦਾ ਕੋਈ ਨੇੜੇ ਤੇੜੇ ਦਾ ਵਾਸਤਾ ਸ਼ੁਰੂ ਵਿੱਚ ਨਹੀਂ ਰਿਹਾ ਹੁੰਦਾ ਲੇਕਿਨ ਪੁਲਿਸ ਦੀ ਵਦੀਕੀ ਦੇ ਚਲਦੇ ਆ ਉਹ ਇੱਕ ਅਜਿਹੇ ਕਹਿ ਸਕਦੇ ਆ ਕਿ ਵਿਸ਼ੇਸ ਸਰਕਲ ਦੇ ਵਿੱਚ ਫਸ ਜਾਂਦਾ ਹੈ ਪੁੱਤੋ ਦੇ ਪਰਿਵਾਰ ਜਾਂ ਫਿਰ ਜੀਤੇ ਦੇ ਪਰਿਵਾਰ ਦੇ ਨਾਲ ਜੋ ਵਿਦੇਕੀ ਹੋ ਰਹੀ ਹੁੰਦੀ ਹੈ ਉਹ ਕਿਤੇ ਨਾ ਕਿਤੇ ਸੁਖਵਿੰਦਰ ਕਾਕਾ ਤੇ ਵੀ ਪਾਰੀ ਪੈਣੀ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਬਾਅਦ ਸੁਖਵਿੰਦਰ ਕਾਕਾ ਵੀ ਕਈ ਵਾਰਦਾਤਾਂ ਦੇ ਵਿੱਚ ਇਨਵੋਲ ਹੁੰਦਾ ਹੈ ਇਸ ਦੌਰਾਨ ਇਹਨਾਂ ਉੱਤੇ ਲਗਾਤਾਰ ਇਸ ਗਰੁੱਪ ਉੱਤੇ ਜੋ ਕਿ ਕੁਰੂਨਾਮ ਦਾ ਸਰਾ ਦੇ ਵਿੱਚ ਰਹਿ ਰਿਹਾ ਹੁੰਦਾ ਹੈ ਉਸ ਉੱਤੇ ਦਬਾਅ ਉੱਤੇੋਂ ਪੈ ਰਿਹਾ ਹੁੰਦਾ ਹੈ ਹਰਵਿੰਦਰ ਸੰਧੂ ਤੋਂ ਲੈ ਕੇ ਜਰਨਲ ਲਾਭ ਸਿੰਘ ਵਰਗੇ ਲੋਕ ਕਹਿ ਰਹੇ ਹੁੰਦੇ ਨੇ ਵੀ ਤੁਸੀਂ ਲੋਕ ਆਪਣੀਆਂ ਦੁਸ਼ਮਣੀਆਂ ਪੂਰੀਆਂ ਕਰ ਰਹੇ ਹੋ ਜਾਂ ਤੁਸੀਂ ਲੋਕ ਆਪਣੇ ਜਿਹੜੇ ਮਕਸਦ ਤੇ ਮੁਫਾਦ ਪੂਰੇ ਕਰ ਰਹੇ ਹੋ ਤੁਸੀਂ ਪੰਥ ਤੇ ਕੌਮ ਲਈ ਕੁਝ ਨਹੀਂ ਕਰ ਰਹੇ ਸੋ ਤੁਹਾਡਾ ਜਿਸ ਤੋਂ ਬਾਅਦ ਕਿ ਕਈ ਮੌਕੇ ਇਹਨਾਂ ਨੂੰ ਦਿੱਤੇ ਜਾਂਦੇ ਨੇ ਲੇਕਿਨ ਵਿਚਾਰਧਾਰਕ ਪੱਧਰ ਉੱਤੇ ਇਕੈਲੀ ਵੀ ਫਿਲਾਸੋਫਿਕਲੀ ਆਪਣੇ ਆਪ ਨੂੰ ਇਹ ਲੋਕ ਉਸ ਮੂਵਮੈਂਟ ਦੇ ਨਾਲ ਜੋੜ ਕੇ ਵੇਖਦੇ ਹੀ ਨਹੀਂ ਹੁੰਦੇ ਇੱਥੇ ਵੀ ਦੱਸ ਦੇਵਾਂ ਉਸ ਦੌਰ ਦੇ ਵਿੱਚ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਬਬਰ ਖਾਲਸਾ ਤੋਂ ਲੈ ਕੇ ਫੈਡਰੇਸ਼ਨ ਤੋਂ ਲੈ ਕੇ ਅਕਾਲੀ ਦਲ ਤੋਂ ਲੈ ਕੇ ਦਮਦਮੀ ਟਕਸਾਲ ਤੋਂ ਲੈ ਕੇ ਇਹ ਸਾਰੇ ਲੋਕਾਂ ਦੇ ਕਹੇ ਤੇ ਹੀ ਲੋਕਾਂ ਨੂੰ ਉਹਨਾਂ ਦੀ ਸਿਫਾਰਸ਼ ਦੇ ਉੱਤੇ ਹੀ ਠਹਿਰ ਮਿਲਦੀ ਸੀ ਪਉ ਨਾ ਮਿਲਦੀ ਹੁੰਦੀ ਸੀ ਕਮਰੇ ਇਹਨਾਂ ਨੂੰ ਮਿਲਾ ਕਰਦੇ ਸੀ ਤੇ ਬਥੇਰੇ ਅਜਿਹੇ ਲੋਕ ਜੋ ਕਿ ਜਿਨ੍ਹਾਂ ਨੇ ਕੇਸ ਨਹੀਂ ਸੀ ਰੱਖੇ ਹੁੰਦੇ ਜੋ ਕਿ ਮੋਢੇ ਹੁੰਦੇ ਸਨ ਜਿਵੇਂ ਕਿ ਸੁਖਵਿੰਦਰ ਕਾਕਾ ਸੀ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਵੀ ਉਹ ਕਦੇ ਵੀ ਦਰਦਵੀ ਟਕਸਾਲ ਜਾਂ ਸੰਜਰਨੈਲ ਸਿੰਘ ਪਿੰਡਰਾ ਵਾਲਾ ਹੋਣ ਵਾਲੇ ਪਾਸੇ ਨਾ ਜਾਣ ਕਿਉਂਕਿ ਸੰਤ ਪਿੰਡਰਾ ਵਾਲੇ ਹੋਣਾ ਵੱਲੋਂ ਅਜਿਹੇ ਲੋਕਾਂ ਨੂੰ ਜਿਨ੍ਹਾਂ ਦੇ ਸਿਰਾਂ 'ਤੇ ਕੇਸ ਨਹੀਂ ਸੀ ਹੁੰਦੇ ਜਾਂ ਉਹ ਸਿੱਖ ਹੁੰਦੇ ਹੋਏ ਵੀ ਉਹਨਾਂ ਨੇ ਸਿੱਖੀ ਸਰੂਪ ਦੇ ਵਿੱਚ ਨਹੀਂ ਸੀ ਹੁੰਦੇ ਉਹਨਾਂ ਨੂੰ ਉਹ ਤੁਰਕ ਕਿਆ ਕਰਦੇ ਸਨ ਸੋ ਇਸ ਤਰੀਕੇ ਤੇ ਚੱਲਦੇ ਇਹ ਲੋਕ ਉਸ ਪੂਰੇ ਘਟਨਾਕਰਮ ਦੇ ਫਰਸਟ ਹੈਂਡ ਵਿਟਨੈਸ ਹੈਗੇ ਨੇ ਜੋ ਕਿ ਅੱਜ ਵੀ ਅਵੇਲੇਬਲ ਹੈਗੇ ਨੇ ਇਸ ਤੋਂ ਬਾਅਦ ਸੁਖਵਿੰਦਰ ਕਾਕੇ ਦੀਆਂ ਵਾਰਦਾਤਾਂ ਵਾਧੀਆਂ ਨੇ ਤੇ ਉਸ ਦੇ ਤਹਿਤ ਹੀ ਗੁਲਦੀਪ ਸਿੰਘ ਕੋਲੇ ਸਰਪੰਚ ਦੇ ਕਹੇ ਤੇ ਹਰਦੀਾਲ ਸਿੰਘ ਕਾਂਗਰਸ ਦੇ ਲੀਡਰ ਦਾ ਮਰਡਰ ਕੀਤਾ ਜਾਂਦਾ ਹੈ ਲੇਕਿਨ ਆਪਰੇਸ਼ਨ ਬਲੂਸ ਦਾ ਜਦੋਂ ਜੂਨ 1984 ਵਿੱਚ ਕੱਟਦਾ ਹੈ ਉਸ ਤੋਂ ਠੀਕ ਕੁਝ ਦਿਨ ਪਹਿਲਾਂ ਹੀ ਸੁਖਵਿੰਦਰ ਕਾਕਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਨਿਕਲਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਉਹ ਦਰਬਾਰ ਸਾਹਿਬ ਕੰਪਲੈਕਸ ਛੱਡ ਕੇ ਚਲੇ ਜਾਂਦੇ ਨੇ ਤੇ ਇਸ ਦੌਰਾਨ ਆਪਰੇਸ਼ਨ ਬਲੂ ਸਟਾਰ ਦੇ ਐਡੇ ਵੱਡੇ ਆਪਰੇਸ਼ਨ ਤੋਂ ਬਾਅਦ ਵੀ ਇਹ ਲੋਕਾਂ ਨੂੰ ਕੁਝ ਨਹੀਂ ਹੁੰਦਾ ਤੇ ਬਾਅਦ ਦੇ ਵਿੱਚ 1 ਸਾਲ ਬਾਅਦ 1985 ਦੇ ਵਿੱਚ ਸੁਖਵਿੰਦਰ ਸਿੰਘ ਕਾਕਾ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਦਿੱਲੀ ਤੋਂ ਹੁੰਦੀ ਹੈ ਦਿੱਲੀ ਪੁਲਿਸ ਵੱਲੋਂ ਇੱਕ ਆਪਰੇਸ਼ਨ ਲਾਂਚ ਕੀਤਾ ਜਾਂਦਾ ਜਿਸ ਤਹਿਤ ਸੁਖਵਿੰਦਰ ਕਾਕੇ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਜਾਂਦਾ ਹੁਣ ਸੁਖਵਿੰਦਰ ਕਾਕੇ ਕੋਲੋਂ ਹਥਿਆਰ ਵੀ ਮਿਲੇ ਹੁੰਦੇ ਨੇ ਤੇ ਉਸ ਦਾ ਇੱਕ ਰਿਕਾਰਡ ਵੀ ਹੁੰਦਾ ਹੈ ਪੰਜਾਬ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਉਹ ਕਈ ਵਾਰਦਾਤਾਂ ਵਿੱਚ ਇਨਵੋਲ ਹੁੰਦਾ ਜਿਸ ਦੇ ਵਿੱਚ ਕੀ ਹਰਦਿਆਲ ਸਿੰਘ ਦਾ ਜਿਹੜਾ ਮਰਡਰ ਹੁੰਦਾ ਜਾਂ ਹੋਰ ਦੋ ਅਜਿਹੇ ਮਰਡਰ ਹੋਏ ਹੁੰਦੇ ਨੇ ਜੋ ਕਿ ਕੋਈ ਇਸ ਤਰੀਕੇ ਦੇ ਖਾਲਕੂ ਲਹਿਰ ਦੇ ਨਾਲ ਜੁੜੇ ਹੋਏ ਮਰਡਰ ਨਹੀਂ ਹੁੰਦੇ ਬਲਕਿ ਇਹ ਵਿਅਕਤੀਗਤ ਜਾਂ ਨਿੱਜੀ ਜਿਹੜੀ ਦੁਸ਼ਮਣੀਆਂ ਹੁੰਦੀਆਂ ਉਸ ਕਰਕੇ ਕੀਤੇ ਜਾਂ ਕਰਵਾਏ ਗਏ ਮਰਡਰ ਹੁੰਦੇ ਨੇ ਅਪਰਾਧਿਕ ਵਾਰਦਾਤਾਂ ਹੁੰਦੀਆਂ ਨੇ ਯਾਨੀ ਕਿ ਕ੍ਰਿਮੀਨਲ ਜਿਹੜੀਆਂ ਐਕਟੀਵਿਟੀਆਂ ਹੁੰਦੀਆਂ ਨੇ ਸੋ ਜੁਰਮ ਦੇ ਵਿੱਚ ਉਸਦੀ ਪੂਰੀ ਕਹਾਣੀ ਹੁੰਦੀ ਹੈ ਇਸ ਤੋਂ ਬਾਅਦ 1985 ਤੇ 86 ਦੇ ਵਿੱਚ ਸੁਖਵਿੰਦਰ ਜਿਹੜਾ ਕਾਕਾ ਹੈ ਉਹ ਜੇਲ੍ਹ ਦੇ ਵਿੱਚ ਰਹਿੰਦਾ ਹੈ ਜਿਸ ਤੋਂ ਬਾਅਦ ਕਿ ਉਸ ਨੂੰ ਜੇਲ੍ਹ ਤੋਂ ਛੱਡਤਾ ਜਾਂਦਾ ਕਿਉਂਕਿ ਉਸ ਦੇ ਖਿਲਾਫ ਕੁਝ ਕੇਸ ਹੈਗੇ ਨੇ ਪਰੂਵ ਨਹੀਂ ਹੋ ਪਾਉਂਦੇ ਜੇਲ੍ਹ ਤੋਂ ਆਉਣ ਤੋਂ ਬਾਅਦ ਸੁਖਵਿੰਦਰ ਕਾਕਾ ਨੂੰ ਇੱਕ ਵਾਰ ਦੁਬਾਰਾ ਗ੍ਰਿਫਤਾਰ ਕੀਤਾ ਜਾਂਦਾ ਜਦੋਂ ਕਿ ਇਸ ਵਾਰ ਉਸਤੇ ਖਿਲਾਫ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਦੇ ਬਾਅਦ ਦੇ ਵਿੱਚ ਟਾਡਾ ਲਗਾਤਾ ਜਾਂਦਾ ਇਹ ਥੋੜੇ ਜੇ ਸੀਰੀਅਸ ਚਾਰजेस ਹੁੰਦੇ ਨੇ ਲੇਕਿਨ ਇਹਨਾਂ ਚਾਰजेस ਦੇ ਤਹਿਤ ਵੀ ਸੁਖਵਿੰਦਰ ਕਾਕੇ ਨੂੰ ਜ਼ਿਆਦਾ ਸਮਾਂ ਤੱਕ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਹੁੰਦਾ ਜਿੰਨੇ ਮਹੀਨੇ ਵੀ ਸੁਖਵਿੰਦਰ ਕਾਕਾ ਇਸ ਦੌਰਾਨ ਯਾਨੀ ਕਿ 1985 ਤੇ 86 ਤੋਂ ਬਾਅਦ ਜੇਲ੍ਹ ਵਿੱਚ ਰਹਿੰਦਾ ਉਸ ਦੌਰਾਨ ਉਸ ਉੱਤੇ ਦਬਾਅ ਇਹੀ ਹੁੰਦਾ ਕਿਉਂਕਿ ਖੜਕੂ ਜੱਥੇਬੰਦੀਆਂ ਦੇ ਬਹੁਤ ਸਾਰੇ ਲੋਕ ਜੋ ਕਿ ਜੋਧਪੁਰ ਜੇਲ੍ਹਾਂ ਦੇ ਵਿੱਚ ਹੁੰਦੇ ਨੇ ਜਾਂ ਹੋਰ ਜੇਲ੍ਹਾਂ ਦੇ ਵਿੱਚ ਹੁੰਦੇ ਨੇ ਉਹਨਾਂ ਵੱਲੋਂ ਸੁਨੇਹਾ ਇਹੀ ਲਾਇਆ ਜਾ ਰਿਹਾ ਹੁੰਦਾ ਵੀ ਹੁਣ ਖੜਕੂ ਲਹਿਰ ਜੋ ਕਿ ਨਵੇਂ ਸਿਰੇ ਤੋਂ ਜਿਸ ਨੇ ਆਪਣੇ ਆਪ ਨੂੰ ਰੀਗਰੂਪ ਤੇ ਰੀਮੋਬਾਈਲਾਈਜ਼ ਕਰ ਲਿਆ ਹੁੰਦਾ ਪੰਥਕ ਕਮੇਟੀ ਬਣ ਚੁੱਕੀ ਹੁੰਦੀ ਹੈ ਤੇ ਪੰਥਕ ਕਮੇਟੀ ਦੇ ਬਣਨ ਤੋਂ ਬਾਅਦ ਖਾਲਿਸਤਾਨ ਕਮਾਂਡੋ ਫੋਰਸ ਕੇਸੀਐਫ ਪੰਜਵਰਡ ਜਾਂ ਫਿਰ ਬੱਬਲ ਖਾਲਸਾ ਇੰਟਰਨੈਸ਼ਨਲ ਜਾਂ ਫਿਰ ਹੋਰ ਅਜਿਹੇ ਬਿੰਦਰਾਮਾ ਵਾਲਾ ਲਿਬਰੇਸ਼ਨ ਫੋਰਸ ਇਸ ਤਰੀਕੇ ਦੀਆਂ ਜਥੇਬੰਦੀਆਂ ਹੋਂਦ ਵਿੱਚ ਆਉਣੀਆਂ ਸ਼ੁਰੂ ਹੋ ਚੁੱਕੀਆਂ ਹੁੰਦੀਆਂ ਨੇ ਅਲੱਗ-ਅਲੱਗ ਇਹਨਾਂ ਦੇ ਲੀਡਰ ਹੁੰਦੇ ਨੇ ਸੋ ਉਸੇ ਤਹਿਤ ਸੁਖਵਿੰਦਰ ਕਾਕੇ ਤੇ ਵੀ ਇਹ ਦਬਾਅ ਵੀ ਹੁੰਦਾ ਤੇ ਉਸ ਨੂੰ ਲੋਕ ਕਹਿ ਵੀ ਰਹੇ ਹੁੰਦੇ ਨੇ ਵੀ ਹੁਣ ਤੁਸੀਂ ਇਸ ਮੂਵਮੈਂਟ ਦਾ ਹਿੱਸਾ ਬਣੋ ਜੋ ਕਿ ਖੜਕੂ ਲਹਿਰ ਪੰਜਾਬ ਦੇ ਵਿੱਚ ਦੁਬਾਰਾ ਮੁੜ ਸੁਰਜੀਤ ਕੀਤੇ ਜਾਣ ਦੇ ਪੱਖੋਂ ਕਾਫੀ ਅਹਿਮ ਹੈ ਲੇਕਿਨ ਸੁਰਜੀਤ ਕਾਕਾ ਇਸ ਚੀਜ਼ ਨੂੰ ਆਪਣਾ ਨਹੀਂ ਕਰਦਾ ਉਸ ਦੇ ਸੰਪਰਕ ਦੇ ਵਿੱਚ ਪੁਲਿਸ ਅਫਸਰ ਵੀ ਲਗਾਤਾਰ ਆ ਰਹੇ ਹੁੰਦੇ ਨੇ ਕਿਉਂਕਿ ਪੁਲਿਸ ਅਫਸਰ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਆਪਣੀ ਇੱਕ ਰਿਪੋਰਟ ਜੋ ਕਿ ਕੈਟਸ ਉੱਤੇ ਆਧਾਰਿਤ ਸੀ 1986 ਤੋਂ ਬਾਅਦ ਮੁਹੰਮਦ ਇਜ਼ਹਾਰ ਆਲਮ ਜੋ ਕਿ ਉਸ ਵਕਤ ਐਸਐਸਪੀ ਅੰਮ੍ਰਿਤਸਰ ਸਨ ਜਾਂ ਕੁਝ ਹੋਰ ਅਜਿਹੇ ਐਸਐਸਪੀ ਸਨ ਜਿਨ੍ਹਾਂ ਨੇ ਕਿ ਕੈਟਸ ਦਾ ਕਨਸੈਪਟ ਸ਼ੁਰੂ ਕੀਤਾ ਯਾਨੀ ਕਿ ਕ੍ਰਿਮੀਨਲ ਐਲੀਮੈਂਟਸ ਨੂੰ ਲੱਭ ਕੇ ਉਹਨਾਂ ਨੂੰ ਖੜਕੂਆਂ ਦੇ ਰੈਂਕ ਐਂਡ ਫਾਈਲ ਦੇ ਵਿੱਚ ਇਨਕੋਰਪੋਰੇਟ ਕਰਨਾ ਉਹਨਾਂ ਨੂੰ ਉਸ ਦੇ ਵਿੱਚ ਇਨਸਿਨੂਏਟ ਕਰਨਾ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਸ ਰੈਂਕ ਐਂਡ ਫਾਈਲ ਦੇ ਵਿੱਚ ਵੜ ਦੇਣਾ ਤਾਂ ਕਿ ਉਹਨਾਂ ਦੀ ਸੂਚਨਾ ਜਾਂ ਉਹਨਾਂ ਦਾ ਇੱਕ ਜਿਹੜਾ ਇੰਟੈਲੀਜੈਂਸ ਗੈਦਰਿੰਗ ਦਾ ਮੈਕੈਨਿਜ਼ਮ ਹੈ ਉਹ ਹੋਰ ਪੁਖਤਾ ਹੋ ਚੁੱਕੇ ਹੋ ਸਕੇ ਇਹ ਵੀ ਸਮਝਣ ਦੀ ਗੱਲ ਹੈ ਵੀ ਅਕਸਰ ਕੈਟਸ ਨੂੰ ਇੱਕ ਬਹੁਤ ਹੀ ਨਾਪੱਖੀ ਨਜ਼ਰ ਦੇ ਨਾਲ ਵੇਖਿਆ ਜਾਂਦਾ ਕਿਉਂਕਿ ਇੱਕ ਇਮੋਸ਼ਨਲ ਤੇ ਭਾਵਨਾਤਮਕ ਤੌਰ ਤੇ ਆਈਡੀਓਲੋਜੀ ਦੇ ਨਾਲ ਜੁੜੀ ਹੋਈ ਇਹ ਪੂਰੀ ਦੀ ਪੂਰਾ ਸੰਘਰਸ਼ ਰਿਹਾ ਹੈ ਖਾਸ ਕਰਕੇ ਉਸ ਦੌਰ ਦੇ ਵਿੱਚ 1986 87 88 ਤੋਂ ਬਾਅਦ ਇੱਕ ਨਿਗਾਰ ਆਇਆ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਪੁਲਿਸ ਵਾਲੇ ਪਾਸੇ ਵੀ ਤੇ ਖਾੜਕੂਆਂ ਵਾਲੇ ਪਾਸੇ ਵੀ ਲਗਾਤਾਰ ਜਿਹੜੇ ਕ੍ਰਿਮੀਨਲ ਐਲੀਮੈਂਟ ਸੀ ਉਹ ਵਧਦੇ ਗਏ ਜਿਸ ਤੋਂ ਬਾਅਦ ਕਿ 1999-90 ਆਉਂਦੇ ਆਉਂਦੇ ਹਾਲਤ ਇਹ ਹੋ ਚੁੱਕੀ ਸੀ ਵੀ ਕ੍ਰਿਮੀਨਲਸ ਜਿਹੜੇ ਸੀ ਉਹ ਜ਼ਿਆਦਾਤਰ ਦੋਵੇਂ ਪਾਸੇ ਇਸ جنگ ਦੇ ਦੋਵੇਂ ਪਾਸੇ ਸਨ ਜਿਸ ਤੋਂ ਬਾਅਦ ਕਿ ਇਹ ਮੂਵਮੈਂਟ ਫੇਲ ਹੋਈ ਸੋ ਇਹ ਹੀ ਕਾਰਨ ਸੀ ਪੁਲਿਸ ਨੇ ਇੱਕ ਸੋਚੀ ਸਮਝੀ ਪਲਾਨਿੰਗ ਦੇ ਤਹਿਤ ਹੀ ਬਥੇਰੇ ਕ੍ਰਿਮੀਨਲਸ ਨੂੰ ਖਾੜਕੂਆਂ ਦੇ ਰੈਂਕ ਦੇ ਵਿੱਚ ਵੜਦਾ ਸੀ ਸੋ ਉਸੇ ਕੋਸ਼ਿਸ਼ ਦੇ ਤਹਿਤ ਲਗਾਤਾਰ ਜਿਹੜਾ ਦਬਾਅ ਸੀ ਉਹ ਸੁਖਵਿੰਦਰ ਕਾਕੇ ਤੇ ਪੈਂਦਾ ਰਿਹਾ ਲੇਕਿਨ ਸੁਖਵਿੰਦਰ ਕਾਕੇ ਨੇ ਕਿਸੇ ਵੀ ਧਿਰ ਨਾ ਹੀ ਖਾੜਕੂਆਂਲੇ ਪਾਸੇ ਤੇ ਨਾ ਹੀ ਪੁਲਿਸ ਵਾਲੇ ਪਾਸੇ ਕਿਸੇ ਵੀ ਧਿਰ ਪਾਸੇ ਜਾਣ ਦਾ ਫੈਸਲਾ ਲਿਆ ਉਸ ਤੋਂ ਬਾਅਦ ਦੱਸਿਆ ਜਾਂਦਾ ਵੀ ਜੇਲ੍ਹ ਤੋਂ ਤਕਰੀਬਨ 1986-87 ਦੇ ਆਸ-ਪਾਸ ਸੁਖਵਿੰਦਰ ਕਾਕਾ ਰਿਹਾ ਹੁੰਦਾ ਹੈ ਇਸ ਵਕਤ ਉਸ ਉੱਤੇ ਬਹੁਤ ਜ਼ਿਆਦਾ ਦਬਾਅ ਹੁੰਦਾ ਕਿਉਂਕਿ ਇੱਕ ਪਾਸੇ ਖਾਸ ਕੁਝ ਜਥੇਬੰਦੀਆਂ ਕਹਿ ਰਹੀਆਂ ਹੁੰਦੀਆਂ ਨੇ ਵੀ ਤੂੰ ਹੁਣ ਤੇਰਾ ਕ੍ਰਾਈਮਨਲ ਰੈਕੋਰਡ ਹੈ ਤੇ ਤੈਨੂੰ ਸਾਡੇ ਨਾਲ ਆਣਾ ਪਏਗਾ ਤੇ ਦੂਸਰੇ ਪਾਸੇ ਪੁਲਿਸ ਵੀ ਇੰਟਰਸਟਿਡ ਹੁੰਦੀ ਹੈ ਅਜਿਹੇ ਲੋਕ ਜੋ ਕਿ ਜੁਰਮ ਦੀਆਂ ਵਾਰਦਾਤਾਂ ਵਿੱਚ ਇਨਵੋਲ ਹੁੰਦੇ ਨੇ ਉਸ ਨੂੰ ਆਪਣੇ ਨਾਲ ਸ਼ਾਮਲ ਕਰਨ ਦੇ ਵਿੱਚ ਇਸ ਕਸ਼ਮਕਸ਼ ਦੇ ਚੱਲਦੇ ਆ ਸੁਖਵਿੰਦਰ ਕਾਕਾ ਜਿਹੜਾ ਹੈ ਉਹ ਦਿੱਲੀ ਭੱਜ ਜਾਂਦਾ ਦਿੱਲੀ ਦੇ ਵਿੱਚ ਜਾ ਕੇ ਉਸ ਨੇ ਆਣ ਵਾਲੀ ਆਪਣੀ ਜ਼ਿੰਦਗੀ ਦੇ ਕਈ ਸਾਲ ਰਾਦਰ ਕਈ ਦਹਾਕੇ ਬਿਤਾਣੇ ਹੁੰਦੇ ਨੇ ਤੇ ਉਸ ਦੌਰਾਨ ਦਿੱਲੀ ਦੇ ਵਿੱਚ ਕਿਉਂਕਿ ਸ਼ੁਰੂਆਤੀ ਸਟੇਜ ਦੇ ਉੱਤੇ ਉਸ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੁੰਦਾ ਹੈ ਉਸ ਗ੍ਰਿਫਤਾਰੀ ਦੇ ਦੌਰਾਨ ਉਸ ਨੇ ਆਪਣੀ ਪੂਰੀ ਦੀ ਪੂਰੀ ਕਹਾਣੀ ਦੱਸੀ ਹੁੰਦੀ ਹੈ ਪੁਲਿਸ ਅਫਸਰਾਂ ਨੂੰ ਦਿੱਲੀ ਪੁਲਿਸ ਦਾ ਇੱਕ ਅਜਿਹਾ ਇੰਸਪੈਕਟਰ ਹੁੰਦਾ ਜੋ ਕਿ ਸੁਖਵਿੰਦਰ ਕਾਕਾ ਨੂੰ ਮਿਲਦਾ ਹੈ ਪੰਜਾਬ ਦੀਆਂ ਜੇਲਾਂ ਵਿੱਚੋਂ ਛੁੱਟਣ ਤੋਂ ਬਾਅਦ ਜਦੋਂ ਕਾਕਾ ਦਿੱਲੀ ਪਹੁੰਚਦਾ ਹੈ ਉਸ ਵਕਤ ਉਸ ਪੁਲਿਸ ਅਫਸਰ ਵੱਲੋਂ ਕਾਕੇ ਦੀ ਇਮਦਾਦ ਕੀਤੀ ਜਾਂਦੀ ਹੈ ਕਾਕੇ ਵੱਲੋਂ ਦੱਸਿਆ ਜਾਂਦਾ ਵੀ ਉਹ ਹੁਣ ਇੱਕ ਨਾਰਮਲ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਲੇਕਿਨ ਉਸ ਨੂੰ ਖਾੜਕੋ ਜੱਥੇਬੰਦੀਆਂ ਅਤੇ ਪੰਜਾਬ ਪੁਲਿਸ ਲਗਾਤਾਰ ਪ੍ਰੈਸ਼ਰ ਪਾਰਗਿਆ ਨੇ ਵੀ ਤੂੰ ਸਾਡੇ ਪਾਸੇ ਆ ਕੇ ਕੰਮ ਕਰ ਜੋ ਕਿ ਉਹ ਨਹੀਂ ਕਰਨਾ ਚਾਹੁੰਦਾ ਇਸ ਤੋਂ ਬਾਅਦ ਦਿੱਲੀ ਪੁਲਿਸ ਦਾ ਅਫਸਰ ਉਸ ਦੇ ਮੁੜ ਵਸੇਵੇਂ ਲਈ ਪੂਰੇ ਯਤਨ ਕਰਦਾ ਉਸ ਨੂੰ ਖਰਚਾ ਪਾ ਨਹੀਂ ਦਿੰਦਾ ਇੱਕ ਫਲੈਟ ਉੱਥੇ ਜਿਹੜਾ ਹੈ ਉਹ ਲੈ ਕੇ ਦਿੰਦਾ ਉਸ ਦੇ ਵਿੱਚ ਮਦਦ ਮਤਲਬ ਕਰਦਾ ਤਾਂ ਇਹ ਹੁੰਦਾ ਕਿ ਸੁਖਵਿੰਦਰ ਕਾਕਾ ਜਿਹੜਾ ਹੈ ਉਹ ਹੁਣ ਦਿੱਲੀ ਦੇ ਵਿੱਚ ਹੀ ਵਸੇਗਾ ਤੇ ਇੱਥੇ ਕੋਈ ਕੰਮ ਧੰਦਾ ਕਰੇਗਾ ਆਪਣੇ ਪਰਿਵਾਰ ਆਪਣੀ ਪਤਨੀ ਤੇ ਆਪਣੀਆਂ ਬੇਟੀਆਂ ਦੇ ਨਾਲ ਸੁਖਵਿੰਦਰ ਕਾਕਾ ਦਿੱਲੀ ਦੇ ਵਿੱਚ ਇੱਕ ਰਿਹਾਇਸ਼ੀ ਕਲੋਨੀ ਦੇ ਵਿੱਚ ਰਹਿ ਰਿਹਾ ਹੁੰਦਾ ਉਸ ਦੇ ਅਤੇ ਪਤੇ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਲੇਕਿਨ ਉਸ ਦੇ ਕੁਝ ਬਹੁਤ ਹੀ ਕਰੀਬੀ ਯਾਰ ਦੋਸਤ ਹੁੰਦੇ ਨੇ ਕਪੂਰਥਲੇ ਤੋਂ ਜੋ ਕਿਸ ਬਾਰੇ ਜਾਣਦੇ ਹੁੰਦੇ ਨੇ ਇਸ ਦੌਰਾਨ ਇਹ ਤੈ ਹੋ ਚੁੱਕਾ ਹੁੰਦਾ ਹੈ ਵੀ ਇੱਕ ਆਟੋ ਰਿਕਸ਼ਾ ਜਿਹੜਾ ਹੈ ਉਹ ਕਿਰਾਏ ਤੇ ਸੁਖਵਿੰਦਰ ਕਾਕੇ ਵੱਲੋਂ ਲਿਆ ਜਾਏਗਾ ਤੇ ਉਸ ਤੋਂ ਬਾਅਦ ਉਹ ਇੱਕ ਆਟੋ ਰਿਕਸ਼ਾ ਚਲਾਏਗਾ ਯਾਨੀ ਕਿ ਆਟੋ ਰਿਕਸ਼ਾ ਚਲਾ ਕੇ ਉਸਨੇ ਆਪਣੀ ਜ਼ਿੰਦਗੀ ਨੂੰ ਜ਼ਿੰਦਗੀ ਦਾ ਗੁਜ਼ਾਰਾ ਅੱਗੇ ਕੱਢਣਾ ਹੁੰਦਾ ਤੇ ਉਸ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਮੈਂ ਇਸ ਜੁਰਮ ਦੀ ਦੁਨੀਆ ਦੇ ਵਿੱਚੋਂ ਨਿਕਲ ਜਾਵਾਂ ਲੇਕਿਨ ਇਸ ਤੋਂ ਬਾਅਦ ਇੱਕ ਅਜੀਹੀ ਘਟਨਾ ਘਟਦੀ ਹੈ ਜਿਸਨੇ ਕਿ ਉਸਦੀ ਪੂਰੀ ਦੀ ਪੂਰੀ ਜ਼ਿੰਦਗੀ ਦਾ ਕੋਰਸ ਬਦਲ ਕੇ ਰੱਖ ਦੇਣਾ ਹੁੰਦਾ ਹੈ ਇਸ ਘਟਨਾ ਦਾ ਜ਼ਿਕਰ ਮੈਂ ਇਸ ਰਿਪੋਰਟ ਦੇ ਦਾਇਰੇ ਦੇ ਵਿੱਚ ਨਹੀਂ ਕਰਾਂਗਾ ਕਿਉਂਕਿ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਇਹ ਘਟਨਾ ਬਹੁਤ ਹੀ ਇੱਕ ਟਰਾਂਸਫਰਮੇਸ਼ਨ ਵਾਲੀ ਘਟਨਾ ਹੁੰਦੀ ਹੈ ਇਸ ਨੇ ਜਨਰਲ ਦਿਆਲ ਸਿੰਘ ਨੂੰ ਪੈਦਾ ਕਰਨਾ ਹੁੰਦਾ ਹੈ ਯਾਨੀ ਕਿ ਸੁਖਵਿੰਦਰ ਕਾਕੇ ਤੋਂ ਜਨਰਲ ਦਿਆਲ ਸਿੰਘ ਕਿਵੇਂ ਪੈਦਾ ਹੁੰਦਾ ਹੈ ਇਹ ਘਟਨਾ ਇੱਕ ਟਰਨਿੰਗ ਪੁਆਇੰਟ ਹੁੰਦਾ ਹੈ ਜਿਸ ਦਾ ਜ਼ਿਕਰ ਮੈਂ ਆਪਣੀ ਇਸ ਰਿਪੋਰਟ ਦੇ ਅਗਲੇ ਹਿੱਸੇ ਯਾਨੀ ਕਿ ਅਗਲੇ ਐਪੀਸੋਡ ਦੇ ਵਿੱਚ ਕਰਾਂਗਾ ਇਥੇ ਕੈਟ ਦੇ ਕਨਸੈਪਟ ਨੂੰ ਥੋੜਾ ਜਿਹਾ ਗਹਿਰਾਈ ਦੇ ਨਾਲ ਸਮਝਣ ਦੀ ਲੋੜ ਹੈ ਕੈਟ ਜਾਂ ਤਾਂ ਉਹ ਲੋਕ ਸਨ ਜੋ ਕਿ ਕ੍ਰਿਮੀਨਲ ਅਸੈਂਸ਼ੀਅਲੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਲੋਕ ਸਨ ਤੇ ਪੁਲਿਸ ਨੂੰ ਅਜਿਹੇ ਲੋਕ ਚਾਹੀਦੇ ਸੀ ਜੋ ਕਿ ਬਹੁਤ ਸੌਕੇ ਤਰੀਕੇ ਨਾਲ ਖਾੜਕੂਆਂ ਦੇ ਰੈਂਕਸ ਦੇ ਵਿੱਚ ਫਿੱਟ ਕੀਤੇ ਜਾ ਸਕਦੇ ਨੂੰ ਸਨ ਜਾਂ ਫਿਰ ਅਜਿਹੇ ਕੁਝ ਖਾੜਕੂ ਹੀ ਸਨ ਜੋ ਕਿ ਆਪਣੀ ਲੀਡਰਾਂ ਜਾਂ ਜਥੇਬੰਦੀਆਂ ਤੋਂ ਖੁਸ਼ ਨਹੀਂ ਸਨ ਅੰਦਰ ਜੋ ਹਾਲਾਤ ਚੱਲ ਰਹੇ ਸਨ ਜਿਸ ਤਰੀਕੇ ਦੀ ਕਈ ਕਿਸਮ ਦੀਆਂ ਗੱਲਾਂ ਬਾਤਾਂ ਖਾੜਕੂ ਜਥੇਬੰਦੀਆਂ ਦੇ ਅੰਦਰ ਹੀ ਮਤਭੇਦ ਪੈਦਾ ਕਰਨ ਵਾਲੀਆਂ ਹੋ ਜਾਂਦੀਆਂ ਸਨ ਉਹਦੇ ਚੱਲਦੇ ਉਹ ਡਿਸਸੈਟੀਸਫਾਈਡ ਸਨ ਤੇ ਉਹ ਲੋਕਾਂ ਨੂੰ ਵੀ ਆਪਣੇ ਨਾਲ ਰੜਾ ਕੇ ਬਾਅਦ ਦੇ ਵਿੱਚ ਉਹਨਾਂ ਨੂੰ ਆਪਣੇ ਨਾਲ ਕੰਮ ਕਰਾਉਣ ਲਈ ਪੁਲਿਸ ਤਿਆਰ ਕਰਦੀ ਸੀ ਇਸ ਤੋਂ ਇਲਾਵਾ ਪੁਲਿਸ ਦੇ ਆਪਣੇ ਕੁਝ ਅਜਿਹੇ ਬੰਦੇ ਜੋ ਕਿ ਇੱਕ ਪੇਸ ਬਦਲ ਕੇ ਜਾਂ ਇੱਕ ਆਪਣਾ ਪੂਰਾ ਦਾ ਪੂਰਾ ਕਿਰਦਾਰ ਬਦਲ ਕੇ ਖਾੜਕੂ ਜੱਥੇਬੰਦੀਆਂ ਦੇ ਵਿੱਚ ਸ਼ਾਮਲ ਹੁੰਦੇ ਸਨ ਸੋ ਅਲੱਗ-ਅਲੱਗ ਕੈਟਾਗਰੀ ਸੀ ਇਨਾਂ ਦੇ ਤਹਿਤ ਹੀ ਜਿਹੜਾ ਸੁਖਵਿੰਦਰ ਕਾਕਾ ਉਹ ਵੀ ਇੱਕ ਸੀ ਇੱਥੇ ਇੱਕ ਜ਼ਿਕਰ ਹੋਰ ਕਰਨਾ ਬਹੁਤ ਜ਼ਰੂਰੀ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਕੈਟਸ ਦੀ ਭੂਮਿਕਾ ਦੇ ਵਿੱਚ ਪੰਜਾਬ ਪੁਲਿਸ ਲਈ ਕੰਮ ਕਰਦੇ ਰਹੇ ਉਹਨਾਂ ਦੇ ਬਾਅਦ ਦੇ ਵਿੱਚ ਮੁੜ ਵਸੇਵੇਂ ਲਈ ਪੁਲਿਸ ਨੇ ਕਾਫੀ ਯਤਨ ਵੀ ਕੀਤੇ ਬਥੇਰੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਭੇਜਤਾ ਗਿਆ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਕਰਤਾ ਗਿਆ ਅਲੱਗ-ਅਲੱਗ ਉਹਨਾਂ ਨੂੰ ਪਛਾਣ ਦਿਤੀ ਗਈ ਨਵੇਂ-ਨਵੇਂ ਆਈਡੈਂਟਿਟੀਜ਼ ਦਿੱਤੀਆਂ ਗਈਆਂ ਵੱਖਰੇ-ਵੱਖਰੇ ਡਾਕੂਮੈਂਟਸ ਉਹਨਾਂ ਦੀ ਆਈਡੈਂਟੀਟੀ ਦੇ ਪਾਸਪੋਰਟ ਤੋਂ ਲੈ ਕੇ ਤਮਾਮ ਉਹਨਾਂ ਲਈ ਪੁਲਿਸ ਤੇ ਏਜੰਸੀਆਂ ਨੇ ਪ੍ਰੋਵਾਈਡ ਕਰਾਇਆ ਤਾਂ ਕਿ ਉਹ ਲੋਕ ਆਪਣਾ ਬڑے ਵੱਡੇ ਵੱਡੇ ਖਾੜਕੂਆਂ ਨੂੰ న్యూਟ੍ਰਲਾਈਜ਼ ਕਰਨ ਤੇ ਕਈ ਖਾੜਕੂ ਜਥੇਬੰਦੀਆਂ ਦਾ ਬਹੁਤ ਨੁਕਸਾਨ ਕਰਨ ਤੋਂ ਬਾਅਦ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਜਾਂ। ਤੋਂ ਬਥੇਰੇ ਅਜਿਹੇ ਲੋਕ ਨੇ ਜੋ ਕਿ ਵਿਦੇਸ਼ਾਂ ਵਿੱਚ ਸੈਟਲ ਹੋ ਚੁੱਕੇ ਨੇ ਕਈ ਲੋਕਾਂ ਨੂੰ ਪੰਜਾਬ ਪੁਲਿਸ ਦੇ ਵਿੱਚ ਹੀ ਨੌਕਰੀ ਦਿੱਤੀ ਗਈ ਤੇ ਰੈਂਕ ਵੀ ਦਿੱਤੇ ਗਏ। ਬਥੇਰੇ ਅਜਿਹੇ ਕੈਟ ਵੀ ਸਨ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਬਾਅਦ ਦੇ ਵਿੱਚ ਐਸਪੀ ਪੱਧਰ ਦੇ ਅਹੁਦਿਆਂ ਤੇ ਵੀ ਰਿਟਾਇਰ ਹੋਏ ਜਾਂ ਸ਼ਾਇਦ ਅੱਜ ਵੀ ਕੰਮ ਕਰ ਰਹੇ ਨੇ। ਲੇਕਿਨ ਸੁਖਵਿੰਦਰ ਕਾਕਾ ਇੱਕ ਵੱਖਰੀ ਕੈਟੇਗਰੀ ਦੇ ਵਿੱਚੋਂ ਸੀ। ਬੇਸ਼ੱਕ ਉਸਦੇ ਇੱਕ ਅਪਰਾਧਿਕ ਬੈਕਗ੍ਰਾਉਂਡ ਵੀ ਸੀ ਲੇਕਿਨ ਜਦੋਂ ਇੰਡੀਅਨ ਲਾਈਨਸ ਦੀ ਸਥਾਪਨਾ 1990 ਦੇ ਵਿੱਚ ਕੁਮਿੰਦਰ ਕਾਕਾ ਕਰਦਾ ਹੈ ਉਸ ਵਕਤ ਕੁਮਿੰਦਰ ਕਾਕਾ ਦੇ ਨਾਲ ਤਕਰੀਬਨ ਇੱਕ ਦਰਜਨ ਅਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਮਕਸਦ ਖਾਲਕੂਆਂ ਦੇ ਖਿਲਾਫ ਲੜਾਈ ਲੜਨਾ ਹੁੰਦਾ ਹੈ ਪੁਲਿਸ ਦੇ ਨਾਲ ਰਾਪਤੇ ਤੇ ਸੰਪਰਕ ਦੇ ਵਿੱਚ ਇਹ ਲੋਕ ਬਾਅਦ ਵਿੱਚ ਆਂਦੇ ਨੇ ਤੇ ਫਿਰ ਪੁਲਿਸ ਦੇ ਨਾਲ ਜਿਹੜਾ ਬਾਅਦ ਦੇ ਵਿੱਚ ਤਾਲਮੇਲ ਪੈਠਦਾ ਹੈ ਜਿਸ ਦੇ ਵਿੱਚ ਕੀ ਕਈ ਪੰਜਾਬ ਦੇ ਐਸਐਸਪੀ ਸ਼ਾਮਿਲ ਸਨ ਅਜਿਹੇ ਲੋਕ ਵੱਖ-ਵੱਖ ਜ਼ਿਲ੍ਹਿਆਂ ਦੇ ਐਸਐਸਪੀ ਉਹਨਾਂ ਦੇ ਨਾਲ ਵਿੱਚ ਹੋਇਆ ਕਰਦੇ ਸਨ ਕੁਝ ਲੋਕ ਸੀਆਰਪੀਐਫ ਦੇ ਵਿੱਚ ਡੈਪਿਊਟੇਸ਼ਨ ਤੇ ਸਨ ਸੋ ਇਹ ਲੋਕਾਂ ਦੇ ਨਾਲ ਬਾਅਦ ਦੇ ਵਿੱਚ ਤਾਲਮੇਲ ਬਿਠਾ ਕੇ ਕਿਸ ਤਰੀਕੇ ਨਾਲ ਖਾਲਕੂਆਂ ਦੇ ਕੈਂਪਾਂ ਦੇ ਵਿੱਚ ਵੜ ਕੇ ਕਿਹੜੀ-ਕਿਹੜੀ ਜਥੇਬੰਦੀਆਂ ਦਾ ਕਿੰਨਾ-ਕਿੰਨਾ ਨੁਕਸਾਨ ਕੀਤਾ ਉਹ ਵੇਰਵਾ ਮੈਂ ਆਪਣੀ ਅਗਲੀ ਰਿਪੋਰਟ ਵਿੱਚ ਸ਼ੇਅਰ ਕਰਾਂਗਾ ਲੇਕਿਨ ਅੱਜ ਵੀ ਸੁਖਵਿੰਦਰ ਕਾਕਾ ਜਿਉਂਦਾ ਹੈ ਦੁਨੀਆ ਭਰ ਦੇ ਵਿੱਚ ਜਦੋਂ ਵੀ ਸੁਖਵਿੰਦਰ ਕਾਕੇ ਦਾ ਜ਼ਿਕਰ ਆਉਂਦਾ ਹੈ ਜਾਂ ਜਨਰਲ ਦਿਆਲ ਜੋ ਕਿ ਬਾਅਦ ਦੇ ਵਿੱਚ ਇਸ ਦਾ ਨਾਂ ਹੋਇਆ ਤੇ ਕਾਰਨ ਕੀ ਬਣਿਆ ਕਿ ਜਨਰਲ ਦਿਆਲ ਦੇ ਸਿਰ ਉੱਤੇ ਟਾਈ ਟਾਈ ਕਰੋੜ ਰੁਪਿਆ ਜਾਂ ਟਾਈ ਟਾਈ ਲੱਖ ਯੂ ਐਸ ਡਾਲਰ ਦਾ ਜਿਹੜਾ ਇਨਾਮ ਸੀ ਖੜਕੂ ਜਥੇਬੰਦੀਆਂ ਬੱਬਰ ਖਾਲਸਾ ਜਾਂ ਫਿਰ ਖਾਲਿਸਤਾਨ ਲਿਬਰੇਸ਼ਨ ਫੋਰਸ ਵਰਗੀ ਜਥੇਬੰਦੀਆਂ ਟਾਈ ਟਾਈ ਕਿਲੋ ਸੋਨਾ ਇੱਕ ਇੱਕ ਏ ਕੇ 47 ਰਾਈਫਲ ਇਸ ਸ਼ਖਸ ਦੇ ਜਾਂ ਇਸ ਸੁਖਵਿੰਦਰ ਕਾਕੇ ਦੇ ਸਿਰ ਉੱਤੇ ਇਨਾਮ ਰੱਖ ਕੇ ਤੁਰੀਆਂ ਉਸ ਵਕ ਜਦੋਂ ਕਿ ਇਨਾਮ ਖੜਕੂਆਂ ਦੇ ਸਿਰ ਤੇ ਹੋਇਆ ਕਰਦਾ ਸੀ ਇੰਡੀਅਨ ਲਾਇਨਸ ਦਾ ਇਹ ਸੁਖਵਿੰਦਰ ਕਾਕਾ ਇਸ ਦੇ ਸਿਰ ਉੱਤੇ ਖੜਕੂ ਜਥੇਬੰਦੀਆਂ ਨੇ ਲੱਖਾਂ ਲੱਖ ਕਰੋੜਾਂ ਕਰੋੜਾ ਰੁਪਏ ਦੇ ਇਨਾਮ ਕਿਉਂ ਰੱਖੇ ਸੀ ਕਿੱਡਾ ਕੁ ਵੱਡਾ ਨੁਕਸਾਨ ਜਿਹੜਾ ਜਨਰਲ ਦਇਾਲ ਸੀ ਉਸ ਨੇ ਖੜਕੂ ਜਥੇਬੰਦੀਆਂ ਦਾ ਕੀਤਾ ਕਿਸ ਤਰੀਕੇ ਨਾਲ ਉਹ ਖਾਲਿਸਤਾਨ ਕਮਾਂਡੋ ਫੋਰਸ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ ਰਾਜਸਥਾਨੀ ਕੇ ਸੀ ਐਫ ਰਾਜਸਥਾਨੀ ਗੁਰਜਨ ਸਿੰਘ ਰਾਜਸਥਾਨੀ ਵਾਲੀ ਤੇ ਇਸ ਦੇ ਨਾਲ ਹੀ ਪਿੰਡਰਾਂਵਾਲਾ ਲਿਬਰੇਸ਼ਨ ਫੋਰਸ ਇਹ ਸਾਰੀ ਜਥੇਬੰਦੀਆਂ ਦੇ ਰੈਂਕ ਐਂਡ ਫਾਈਲ ਦੇ ਵਿੱਚ ਵੀ ਰਿਹਾ ਇਸ ਸ਼ਖਸ ਨੇ ਤਕਰੀਬਨ 1 ਮਹੀਨਾ ਹਰਵਿੰਦਰ ਸੰਧੂ ਦੀਆਂ ਗੱਡੀਆਂ ਵੀ ਚਲਾਈਆਂ ਉਸ ਵਕਤ ਜਿਹੜੇ ਭੋਗ ਸਮਾਗਮ ਹੋਇਆ ਕਰਦੇ ਸਨ ਸ਼ਹੀਦੀ ਕਾਨਫਰੰਸਾਂ ਹੋਈਆਂ ਕਰਦੀਆਂ ਸਨ ਹਰਵਿੰਦਰ ਸੰਧੂ ਦੇ ਨਾਲ ਗੱਡੀ ਵਿੱਚ ਬੈਠ ਕੇ ਸੁਖਵਿੰਦਰ ਕਾਕਾ ਉਸ ਦਾ ਡਰਾਈਵਰ ਦੇ ਰੂਪ ਵਿੱਚ ਤੁਰਿਆ ਕਰਦਾ ਸੀ ਲੇਕਿਨ ਕਿਸਮਤ ਕਾਕੇ ਦੀ ਐਡੀਕ ਤੇਜ਼ ਸੀ ਵੀ ਹਰ ਵਡੀ ਵਾਰਦਾਤ ਤੋਂ ਪਹਿਲਾਂ ਇਹ ਉੱਥੋਂ ਨਿਕਲ ਜਾਂਦਾ ਸੀ ਚਾਹੇ ਆਪਰੇਸ਼ਨ ਬਲੂ ਸਟਾਰ ਹੋਵੇ ਜਾਂ ਫਿਰ ਹਰਵਿੰਦਰ ਸੰਧੂ ਦਾ ਜਿਹੜਾ ਮਰਡਰ ਹੁੰਦਾ ਉਸ ਤੋਂ ਠੀਕ 1 ਦਿਨ ਪਹਿਲਾਂ ਸੁਖਵਿੰਦਰ ਕਾਕਾ ਉਸ ਦੇ ਨਾਲ ਨਹੀਂ ਹੁੰਦਾ ਤੇ ਉਸ ਨੂੰ ਛੱਡ ਕੇ ਜਾ ਚੁੱਕਾ ਹੁੰਦਾ ਸੋ ਸੁਖਵਿੰਦਰ ਕਾਕੇ ਉਰਫ ਜਨਰਲ ਦਇਆਲ ਸਿੰਘ ਦੀ ਜ਼ਿੰਦਗੀ ਕਈ ਪੇਟਾਂ ਭਰੀ ਰਹੀ ਹੈ ਤੇ ਉਸ ਦੌਰਾਨ ਇਸ ਨੇ ਜੋ ਨੁਕਸਾਨ ਖਾੜਕੂ ਲਹਿਰ ਦਾ ਕੀਤਾ ਜਾਂ ਅੱਗੇ ਕਰਵਾਇਆ ਕਿਸ ਤਰੀਕੇ ਨਾਲ ਇਸ ਨੇ ਉਹ ਸਾਰੀਆਂ ਗੱਲਾਂ ਬਾਤਾਂ ਪੁਲਿਸ ਅਫਸਰਾਂ ਦੇ ਨਾਲ ਸੈਟਿੰਗ ਕੀਤੀ ਉਹਨਾਂ ਦੇ ਨਾਲ ਮਿਲ ਕੇ ਫਿਰ ਉਹ ਸਾਰੇ ਆਪਰੇਸ਼ਨ ਹੋਏ ਕੀ ਕਾਰਨ ਸੀ ਵੀ ਖੁਦ ਹੀ ਇਸ ਸ਼ਖਸ ਨੇ ਆਪਣੇ ਖਿਲਾਫ ਹੀ ਲੱਖਾਂ ਰੁਪਏ ਦਾ ਇਨਾਮ ਰੱਖ ਰੱਖਿਆ ਸੀ ਕਈ ਸਾਲ ਤੱਕ ਤਾਂ ਖਾੜ ਕੋ ਜੱਥੇ ਬੰਦਿਆਂ ਨੂੰ ਇਹ ਸਮਝ ਹੀ ਨਹੀਂ ਆਇਆ ਵੀ ਸੁਖਵਿੰਦਰ ਕਾਕੇ ਨੇ ਹੀ ਜਨਰਲ ਦਇਾਲ ਸਿੰਘ ਦੇ ਸਿਰ ਉੱਤੇ ਕਈ ਲੱਖਾਂ ਦਾ ਇਨਾਮ ਰੱਖਿਆ ਹੋਇਆ ਸੀ ਯਾਨੀ ਕਿ ਸੁਖਵਿੰਦਰ ਕਾਕੇ ਨੇ ਹੀ ਜਨਰਲ ਦਇਾਲ ਸਿੰਘ ਨੂੰ ਮਰਵਾਉਣ ਦਾ ਇੱਕ ਟੀਚਾ ਤੇ ਤਿਆਰ ਰੱਖਿਆ ਹੋਇਆ ਸੀ ਜਦੋਂ ਇਹ ਪੂਰੀ ਗੱਲਬਾਤ ਨਿਕਲਦੀ ਹੈ ਸਾਫ਼ ਹੁੰਦੀ ਹੈ ਉਹ ਕਿਹੜੀ ਸਥਿਤੀ ਹੁੰਦੀ ਹੈ ਕਿਸ ਬੰਦੇ ਦੀ ਮੌਤ ਤੋਂ ਬਾਅਦ ਇਹ ਪੂਰੀ ਗੱਲਬਾਤ ਸਾਫ਼ ਹੁੰਦੀ ਹੈ ਜਾਂ ਸੁਖਵਿੰਦਰ ਕਾਕੇ ਨੂੰ ਡਿਕਲੇਅਰ ਕਰਨਾ ਪੈਂਦਾ ਹੈ ਵੀ ਜਨਰਲ ਦਇਾਲ ਜਿਹੜਾ ਹੈ ਉਹ ਖੁਦ ਹੈ ਇਹ ਸਾਰੀਆਂ ਗੱਲਾਂ ਮਾਤਾ ਰਿਪੋਰਟ ਦੇ ਅਗਲੇ ਹਿੱਸੇ ਵਿੱਚ ਕਿਉਂਕਿ ਇੱਕ ਬਹੁਤ ਲੰਬੀ ਗੱਲਬਾਤ ਹੋ ਜਾਏਗੀ ਬਹੁਤ ਲੰਬੀ ਹੈ ਪੂਰੀ ਦੀ ਪੂਰੀ ਰਿਪੋਰਟ ਹੋ ਜਾਏਗੀ ਸੋ ਇਸ ਧਾਰੇ ਦੇ ਵਿੱਚ ਇੰਨੀ ਹੀ ਗੱਲਬਾਤ ਸੀ ਸੋ ਅੱਜ ਦੀ ਰਿਪੋਰਟ ਵਿੱਚ ਆਪਾਂ ਸਮਝ ਪਾਇਆ ਕਿ ਸੁਖਵਿੰਦਰ ਕਾਕਾ ਕਿਸ ਤਰੀਕੇ ਨਾਲ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਇਸ ਲਹਿਰ ਨਾਲ ਜੁੜੇ ਹੋਏ ਖਾੜਕੂਆਂ ਦੇ ਸੰਪਰਕ ਵੀ ਚਾਹੁੰਦਾ ਹੈ ਇਸ ਲਹਿਰ ਨਾਲ ਉਹ ਨਹੀਂ ਜੁੜਦਾ ਲੇਕਿਨ ਅਪਰਾਧ ਜਗਤ ਨਾਲ ਜੁੜ ਜਾਂਦਾ ਹੈ ਤੇ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਦਬਾਅ ਦੇ ਚਲਦੇ ਆ ਉਸ ਦੀ ਕੋਸ਼ਿਸ਼ ਹੁੰਦੀ ਹੈ ਆਪਣੀ ਜ਼ਿੰਦਗੀ ਨੂੰ ਇੱਕ ਸਹੀ ਟਰੈਕ ਤੇ ਲਿਆਉਣ ਦੀ ਲੇਕਿਨ ਫਿਰ ਕੀ ਕਾਰਨ ਬਣੇ ਕੈਨੋਟ ਟਰਨਿੰਗ ਪੁਆਇੰਟ ਸੀ ਜਿਸ ਨੇ ਸੁਖਵਿੰਦਰ ਕਾਕੇ ਨੂੰ ਜਨਰਲ ਦਇਾਲ ਬਣਾਤਾ ਤੇ ਉਸ ਤੋਂ ਬਾਅਦ ਪੁਲਿਸ ਦੇ ਨਾਲ ਤਾਲਮੇਲ ਕਿਹੜੇ ਹਾਲਾਤਾਂ ਦੇ ਵਿੱਚ ਸ਼ੁਰੂ ਹੋਇਆ ਤੇ ਫਿਰ ਕਿੰਨਾ ਨੁਕਸਾਨ ਇਸ ਸ਼ਖਸ ਨੇ ਉਸ ਖੜਕੂ ਲਹਿਰ ਦਾ ਕੀਤਾ ਤੇ ਦੂਸਰੇ ਸ਼ਰਤਾਂ ਵਿੱਚ ਕਿਸ ਤਰੀਕੇ ਦੀ ਭੂਮਿਕਾ ਜਾਂ ਯੋਗਦਾਨ ਇਸ ਦਾ ਰਿਹਾ ਖੜਕੂਵਾਦ ਦੀ ਉਸ ਲਹਿਰ ਨੂੰ ਦਮਾਉਣ ਦੇ ਵਿੱਚ ਕੁਚਲਣ ਦੇ ਵਿੱਚ ਦੁਆਬਾ ਦੇ ਇਲਾਕੇ ਦੇ ਵਿੱਚ ਕਪੂਰਥਲਾ ਜਲੰਧਰ ਦੇ ਇਲਾਕੇ ਦੇ ਵਿੱਚ ਜਿੱਥੇ ਕਿ ਇਸ ਸ਼ਖਸ ਕੋਲ ਹਰ ਮਿੰਟ ਦੀ ਰਿਪੋਰਟ ਹੋਇਆ ਕਰਦੀ ਸੀ ਖੜਕੂਆਂ ਦੇ ਨਾਲ ਇਹ ਹੁੰਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਐਲੀਮੀਨੇਟ ਕਰਨਾ ਨਿਊਟਰਲਾਈਜ਼ ਕਰਨਾ ਜਾਂ ਫਿਰ ਗ੍ਰਿਫਤਾਰ ਕਰਵਾ ਕੇ ਖੁਦ ਹੀ ਆਪਣੇ ਵਾਂਗ ਪੁਲਿਸ ਲਈ ਕੰਮ ਕਰਵਾਉਣਾ ਇਹ ਇਸ ਸ਼ਖਸ ਦੀ ਇੱਕ ਯੂਐਸਪੀ ਬਣ ਚੁੱਕੀ ਸੀ ਸੋ ਸਾਰੀਆਂ ਗੱਲਾਂ ਬਾਤਾਂ ਰਿਪੋਰਟ ਦੇ ਅਗਲੇ ਹਿੱਸੇ ਵਿੱਚ ਉਸ ਰਿਪੋਰਟ ਦੇ ਇੰਤਜ਼ਾਰ ਵਿੱਚ ਰਹੋ ਬਹੁਤ ਬਹੁਤ ਧੰਨਵਾਦ ਰਿਤੇਸ਼ ਲਖੀ ਅਨਪਲੱਗ ਨੂੰ ਵਾਚਨ ਲਈ